ਭਗਵੰਤ ਮਾਨ ਉਹਨਾਂ ਨੂੰ ਮਿਲਣ ਗਏ ਕਾਂਗਰਸ ਦਾ ਕੋਈ ਮਾਨ ਹੀ ਨਹੀਂ ਰੱਖਿਆ ਉਹਨਾਂ ਨੇ ਉਲਟਾ ਪਰਚਾ ਦਰਜ ਕਰਾ ਪਰ ਜੋ ਭਗਵੰਤ ਸਿੰਘ ਮਾਨ ਦਿੱਲੀ ਵਿੱਚ ਜੋ ਭਗਵੰਤ ਸਿੰਘ ਮਾਨ ਐਜ਼ ਅ ਸੀਐਮ ਹੈ ਇੱਥੋਂ ਮੈਨੂੰ ਨਜ਼ਰ ਆਇਆ ਉਹ ਜੱਜ ਕਰਨ ਦੇ ਵਿੱਚ ਗਲਤ ਫੈਸਲਾ ਲਿਆ ਟਾਈਮ ਲਿਆ ਸੀ ਕਿੰਨਾ ਟਾਈਮ ਲੇ ਕੋਈ ਬੰਦਾ ਜਾਣਦਾ ਹੈ ਕੈਪਟਨ ਸਾਹਿਬ ਦਾ ਰਾਜ਼ ਸੀ ਤੁਹਾਡੀ ਸਿਕਿਉਰਿਟੀ ਕੈਪਟਨ ਸਾਹਿਬ ਨੇ ਵਾਪਸ ਲਈ ਸੀ ਉਹਨਾਂ ਨੇ ਵੀ ਤਾਂ ਖਬਰ ਚਪਵਾਤੀ ਸੀ ਉਹ ਕੈਪਟਨ ਨਾ ਹੋਇਆ ਉਹੀ ਭਗਵੰਤ ਸਿੰਘ ਮਾਨ ਨਾ ਹੋਣਾ ਤੇ ਇਹ ਦਿੱਲੀ ਦੀ ਲੋਬੀ ਆਪ ਦੀ ਇਹ ਗੱਲ ਲੱਗਾ ਪਾਵਾ ਬੰਨੇਗੇ ਨੂ ਰਿਪਲੇਸ ਕਰੇਗੇ ਉਹਨਾਂ ਨੇ ਕਹਿ ਕੇ ਕਰਪਟ ਲੋਕਾਂ ਦੀ ਸਪਾਰਸ਼ ਕਰਨਾ ਚਾਹੁੰਦੇ ਸੀ ਤੁਹਾਡੀ ਮੇਰੀ ਮੁਲਾਕਾਤ ਨਹੀਂ ਹੋਈ ਮੈਂ ਤੁਹਾਨੂੰ ਕੋਈ ਰਿਪਰੈਜੈਂਟੇਸ਼ਨ ਨਹੀਂ ਦਿੱਤੀ ਤੁਹਾਨੂੰ ਕਿਸਾ ਪਤਾ ਸੀ ਕੰਮ ਕਿਹੜੇ ਆਏ ਤੁਹਾਡੇ ਤਾਂ 44 44 ਐਮਐਲਏ ਕੈਪਟਨ ਸਾਹਿਬ ਕਹਿ ਚੁੱਕੇ ਹਨ 44 ਬੰਦਿਆਂ ਦਾ ਨਾਮ ਸੀ ਮੈਨੂੰ ਸੋਨੀਆ ਗਾਂਧੀ ਨੇ ਰੋਕਿਆ ਇਹ ਕੈਪਟਨ ਰਵਿੰਦਰ ਸਿੰਘ ਜਿਹੜਾ ਮੈਂ ਸਾਹਮਣੇ ਪਰਚਾ ਹੀ ਉਹਦੇ ਤੇ ਦਰਜ ਹੋਣਾ ਚਾਹੀਦਾ ਇਸ ਸਿਮਿਲਰ ਮਸ਼ੀਨ ਹੀ ਭਾਜੀਪੀ ਵਾਲਿਆਂ ਨੇ ਲਾਈ ਸਿਮਿਲਰ ਹੀ ਇਹਨੇ ਡਰਾਈ ਕਲੀਨਿੰਗ ਮਸ਼ੀਨ ਲਾ ਲਈ ਇਹਨਾਂ ਨੂੰ ਹਰ ਬੰਦਾ ਆਪਣਾ ਸਾਫ਼ ਲੱਗ ਯਾਰ ਇੰਡੀ ਦੇ ਲੋਟੇ ਸਦਾ ਕੈਪਟਨ ਅਮਰਿੰਦਰ ਸਿੰਘ ਔਰ ਚੰਨੀ ਦੇ ਰਾਜ ਚ ਤਬਕੇ ਕਰਪਸ਼ਨ ਹੋ ਰਿਹਾ ਹੈ ਇਹ ਨਹੀਂ ਕਹਿੰਦਾ ਕਿ ਈਡੀ ਤੇ ਹੁਣ ਵਰਤ ਰਹੀ ਹੈ ਸੈਂਟਰਲ ਗਵਰਨਮੈਂਟ ਨੂੰ ਨਹੀਂ ਉਜਾਕਰਨਾ ਐਸਾ ਕੀ ਕਿ ਕਈ ਵਾਰ ਤਾਂ ਅਗਲੀ ਪਾਵਰ ਚ ਵੀ ਨਹੀਂ ਰਿਫਰ ਕਿ ਆਰਡਰ ਗਲਤ ਫਹਮੀ ਪਾ ਦਿੱਤੀ ਗਈ ਕਿਸੇ ਕੇ ਤੁਹਾਨੂੰ 42 ਵੋਟਾਂ ਮਿਲ ਗਈਆਂ ਸੀ ਤੇ ਤੁਸੀਂ ਜੀ ਮਿਸਟਰ ਬਣ ਜਾਣਾ ਸੀ ਹੋਰ ਵੀ ਕਈਆਂ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਬਸ ਇੰਨੇ ਇਸ ਮੈਚ ਦੇ ਬਾਰੇ ਜਾਣਕਾਰੀ ਨਹੀਂ ਰੱਖ ਮੈਂ ਤੇ 12 ਸਾਲ ਦੇ ਕਾਲੇ ਪਾਣੀ ਤੋਂ ਬਾਅਦ ਪੰਜਾਬ ਵਾਪਸ ਪੱਤੀ ਨੇ ਭੇਜਿਆ ਕਾਲੇ ਕੁੰਡੀ ਤੁਹਾਨੂੰ ਕੈਪਟਨ ਬਿੰਦਰ ਸਿੰਘ ਨੇ ਕੱਢਿਆ ਜਦੋਂ ਕੈਪਟਨ ਨੂੰ ਹਟਾਉਣ ਦੀ ਵਾਰੀ ਆਈ ਸੀ ਤੇ ਤੁਸੀਂ ਕੈਪਟਨ ਦੀ ਵਾਅ ਫੜ ਲਈ ਉਹ ਕੀ ਵਜ੍ਹਾ ਸੀ ਅਸੀਂ ਸੋਚਿਆ ਕੋ ਸਕਦਾ ਜਿਹੜਾ ਕੋਈ ਫੈਸਲਾ ਇਸ ਟਾਈਮ ਲਿਆ ਜਾ ਰਿਹਾ ਇਹ ਨੂੰ ਟੂ ਕੀ ਚੰਨੀ ਨੂੰ ਬਣਾਉਣ ਦੀ ਬਜਾਏ ਤੁਸੀਂ ਚਾਹੁੰਦੇ ਸੀ ਕਿ ਕੈਪਟਨ ਸਾਹਿਬ ਹੀ ਰਹਿ ਜਾਣ ਜਾਂ ਫਿਰ ਤੁਹਾਨੂੰ ਬਣਾਇਆ ਜਾਏ ਕਪਤਾਨ ਦੇ ਹੱਕ ਇਤੇ ਮੈਂ ਕਦੀ ਵੀ ਨਹੀਂ ਕੈਪਟਨ ਤੁਹਾਡੇ ਹੱਕ ਕਹਿੰਦਾ ਸੀ ਤੇ ਪ੍ਰਤਾਪ ਸਿੰਘ ਬਾਜਬਾ ਕਿਉਂ ਨਹੀਂ ਬਣ ਪਾਇਆ ਇਹ ਪਣ ਪਾਂਦੇ ਸ਼ਾਇਦ ਇਹ ਰਿਜ਼ਲਟ ਨਾ ਹੁੰਦਾ ਕਿ ਸੇ ਦਰਬੀ ਦੀ ਰੇਸ ਦੇ ਵਿੱਚ ਜੇ ਜਿਸੀ ਖਚਰ ਦੜਾਓਗੇ ਤਾਂ ਉਹੀ ਹਾਲ ਹੋਏਗਾ ਜਿਹੜਾ ਸਾਡਾ ਹੋਇਆ ਤੁਸੀਂ ਦੌੜਾਈ ਸੀ ਖਚਰ ਯਾਨੀ ਕਾਂਗਰਸ ਨਾਲ ਲੜਾਈ ਹੋਏਗੀ ਸੀ ਸਿਰ ਪਰਨੇ ਹੋਏ ਨਾ ਖੁਦਾਏ ਮਿਲਣਾ ਵਿਸਾਲੇ ਸਨਮ ਨਾ ਇਧਰ ਕੇ ਰਹੇ ਨਾ ਉਧਰ ਕੇ ਹਮ ਚੀਫ ਮਿਨਿਸਟਰ ਕੋਲ ਆਪਣੇ ਸੂਬੇ ਦੀਆਂ ਤਕਲੀਫਾਂ ਲੈ ਕੇ ਗਏ ਕਾਂਗਰਸੀ ਲੀਡਰਾਂ ਨਾਲ ਕੁਝ ਇਦਾਂ ਹੀ ਹੋ ਗਿਆ ਉਹਨਾਂ ਨੂੰ ਲੱਗਿਆ ਸੀ ਕਿ ਸੀਐਮ ਸੁਨੇਗਾ ਉਹਨਾਂ ਦੀ ਲੇਕਿਨ ਉਲਟਾ ਸੀਐਮ ਨੇ ਤਾਂ ਉਹਨਾਂ ਨੂੰ ਥਾਣੇ ਪਿਜਵਾਤਾ ਔਰ ਪਰਚਾ ਵੀ ਦਰਜ ਕਰਾਤਾ ਅੱਜ ਮੁਖਦੀ ਗੱਲ 'ਚ ਬਾਰੀ ਕਾਂਗਰਸ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਬਾਜਵਾ ਸਾਹਿਬ ਸਵਾਗਤ ਹੈ ਤੁਸੀਂ ਸੀਐਮ ਭਗਵੰਤ ਮਾਨ ਹੋਣਾਂ ਨੂੰ ਮਿਲਣ ਗਏ ਲੇਕਿਨ ਕਾਂਗਰਸ ਦਾ ਕੋਈ ਮਾਣ ਹੀ ਨਹੀਂ ਰੱਖਿਆ ਉਹਨਾਂ ਨੇ ਉਲਟਾ ਪਰਚਾ ਦਰਜ ਕਰਾਤਾ ਦੇਖੋ ਮੈਂ ਤਾਂ ਉਹਨਾਂ ਦੱਸਣਾ ਚਾਹਨਾ ਕਿ ਭਗਵੰਤ ਸਿੰਘ ਮਾਨ ਦੋ ਟਰਮਸ ਮੇਰੇ ਨਾਲ ਮੈਂਬਰ ਆਫ ਪਾਰਲੀਮੈਂਟ ਸੀ ਤੇ ਮੇਰੇ ਕਰੀਬੀ ਦੋਸਤ ਵੀ ਸਨ ਤੇ ਅਸੀਂ ਸਮਝਦੇ ਰਹੇ ਕਿ ਛੋਟੇ ਭਰਾਵਾਂ ਵਰਗੇ ਨੇ ਪਰ ਜੋ ਭਗਵੰਤ ਸਿੰਘ ਮਾਨ ਦਿੱਲੀ ਵਿੱਚ ਸੀ ਤੇ ਜੋ ਭਗਵੰਤ ਸਿੰਘ ਮਾਨ ਐਜ਼ ਅ ਸੀਐਮ ਹੈ ਇਥੋਂ ਮੈਨੂੰ ਨਜ਼ਰ ਆਇਆ ਕਿ ਸਾਨੂੰ ਅਸੀਂ ਉਹਨੂੰ ਜਜਮੈਂਟ ਦੇ ਵਿੱਚ ਉਹਨੂੰ ਜੱਜ ਕਰਨ ਦੇ ਵਿੱਚ ਗਲਤਫਹਿਮੀ ਦੇ ਵਿੱਚ ਰਹੇ ਉੱਥੇ ਉਹ ਇੰਡੀਪੈਂਡੈਂਟ ਸੀ ਇੱਥੇ ਇੱਕ ਬੰਦੂ ਜਿਸ ਤਰ੍ਹਾਂ ਚੀਮਿਸਟਰ ਹੁੰਦਾ ਹੈ ਜਿਹਦੀਆਂ ਲਤਾਂ ਬਾਹਾਂ ਬਨ ਲੀਆਂ ਜਾਂਦੀਆਂ ਨੇ ਜਿਹਦਾ ਦਿੜੋ ਦਿਮਾਗ ਜਿਹੜਾ ਉਹਦੇ ਹੱਥ ਵਾਸਤੇ ਨਹੀਂ ਰਹਿ ਜਾਂਦਾ ਇਹ ਇਸ ਮੁਲਾਕਾਤ ਤੋਂ ਬਾਅਦ ਸੋਨ ਨਜ਼ਰ ਆਇਆ ਲੇਕਿਨ ਉਹਨਾਂ ਨੇ ਤਾਂ ਹੱਥ ਖੋਲ ਕੇ ਤੁਹਾਨੂੰ ਕਿਹਾ ਵੀ ਇਹਨਾਂ ਨੂੰ ਪਰਚਾ ਦਰਜ ਕਰਾਓ ਤੁਹਾਨੂੰ ਕਿਉਂ ਲੱਗਿਆ ਕਿ ਉਹ ਬੰਦੇ ਹੋਏ ਨੇ ਨਹੀਂ ਬੰਦੇ ਤਾਂ ਲੱਗੇ ਕਿ ਪਹਿਲੇ ਤੁਸੀਂ ਵੇਖੋ ਮੈਂ ਤੁਹਾਨੂੰ ਬਹੁਤ ਅਫਸੋਸ ਦੀ ਗੱਲ ਹੈ ਬਹੁਤ ਅਨਫੋਰਚੂਨੇਟ ਗੱਲ ਹੈ ਕਿ ਲੀਡਰ ਆਫ ਦੀ ਆਪੋਜੀਸ਼ਨ ਜਿਹਨੂੰ ਅਕਸਰ ਸ਼ੈਡੋ ਚੀਮਿਸਟਰ ਕਿਹਾ ਜਾਂਦਾ ਉਹ ਜਾਂਦਾ ਪਾਰਟੀ ਦਾ ਪ੍ਰਧਾਨ ਕਾਂਗਰਸ ਦਾ ਜਿਹੜੀ ਲਾਰਜੇਸਟ ਪਾਰਟੀ ਇਨ ਓਪੋਜੀਸ਼ਨ ਨੇ ਰਾਜਾ ਵੜਿੰਗ ਜੀ ਮੇਰੇ ਨਾਲ ਨੇ ਦੋ ਡਿਪਟੀ ਚੀਫ ਮਿਨਿਸਟਰਜ਼ ਫਾਰਮਰ ਡਿਪਟੀ ਚੀਫ ਮਿਨਿਸਟਰਜ਼ ਨਾਲ ਨੇ ਫਾਰਮਰ ਵਿਧਾਨ ਸਭਾ ਦੇ ਸਪੀਕਰ ਨਾਲ ਨੇ 15 ਮੌਜੂਦਾ ਐਮ ਐਲ ਏਜ਼ ਨਾਲ ਨੇ 20 25 ਟੌਪ ਲੀਡਰਸ਼ਿਪ ਕਾਂਗਰਸ ਦੀ ਤਕਰੀਬਨ 40 ਤੋਂ 50 ਲੋਕ ਅਸੀਂ ਇਕੱਠੇ ਗਏ ਆ ਟਾਈਮ ਦਿੱਤਾ ਗਿਆ ਟਾਈਮ ਲਿਆ ਸੀ ਬਿੰਦਾ ਟਾਈਮ ਲੈ ਤੁਸੀਂ ਮੈਨੂੰ ਦੱਸੋ ਕੋਈ ਬੰਦਾ ਜਾਂਦਾ ਜੀ ਇੰਨੇ ਸਾਰੇ ਲੀਡਰਸ਼ਿਪ ਉੱਥੇ ਜਾਂਦੀ ਹੈ ਜੇ ਅਸੀਂ ਕੋਈ ਧਰਨਾ ਹੀ ਮਾਰਨਾ ਹੁੰਦਾ ਸੀ ਦਰੀਆਂ ਲੈ ਲੈਂਦੇ ਉੱਥੇ ਧਰਨਾ ਮਾਰ ਲੈਂਦੇ ਬਾਕਾਇਦਾ ਤੌਰ ਟਾਈਮ ਜਿਹੜਾ ਹੈ ਸਾਡੇ ਲੋਕਾਂ ਨੇ ਲਿਆ ਇਹਨਾਂ ਦੇ ਸੀਐਮਓ ਨਾਲ ਗੱਲ ਕੀਤੀ ਗਈ ਇਹਨਾਂ ਕਹਿੰਦੀ ਅਗਲੇ ਦਿਨ ਤੁਸੀਂ ਸਵੇਰ 9:30 ਵਜੇ ਤੱਕ ਉੱਥੇ ਪਹੁੰਚ ਜਾਓ ਸਾਰਿਆਂ ਨੂੰ ਟਾਈਮ ਦਿੱਤਾ ਗਿਆ 9:30 ਤੱਕ ਤਕਰੀਬਨ 45 ਡਿਗਰੀ ਟੈਂਪਰੇਚਰ ਦੇ ਵਿੱਚ ਸੀਨੀਅਰ ਲੀਡਰਸ਼ਿਪ ਜਿਹਦੇ ਵਿੱਚ ਕੁਝ ਇਹੋ ਜਿਹੇ ਸਾਡੇ ਐਕਸ ਮਿਨਿਸਟਰਸ ਹਨ ਜਿਹੜੇ ਤਕਰੀਬਨ 80 ਸਾਲ ਦੀ ਏਜ ਦੇ ਕੋਲ تھے ਅੱਧਾ ਘੰਟਾ ਸਕੌਚਿੰਗ ਹੀਟ ਦੇ ਵਿੱਚ ਗਰਮੀ ਵਿੱਚ ਬਾਹਰ ਖੜ੍ਹਾ ਕੀਤਾ ਗਿਆ ਫਿਰ ਅੰਦਰ ਲੈ ਕੇ ਗਏ ਅੰਦਰ ਕਿਧਰ ਦੀ ਲੈ ਕੇ ਗਏ ਜਿੱਦਾਂ ਰੈਗੂਲਰ ਮਿਨਿਸਟਰਸ ਜਾਂਦੇ ਪਹਿਲੀ ਦਫਾ ਇਤਿਹਾਸ ਦੇ ਵਿੱਚ ਜੋ ਮੈਨੂੰ ਦੱਸਿਆ ਗਿਆ 45 75 ਸਾਲਾਂ ਲੀਡਰ ਆਫ ਦੀ ਆਪੋਜੀਸ਼ਨ ਨੂੰ ਫ੍ਰਿਸਕ ਕੀਤਾ ਗਿਆ ਫ੍ਰਿਸਕਿੰਗ ਹੋਈ ਇਹ ਸਾਡੀ ਅੰਦਰ ਲਿਜਾ ਕੇ ਫਿਰ ਵੀ ਅਸੀਂ ਸੋਚਿਆ ਕਿਉਂਕਿ ਅਸੀਂ ਪੰਜਾਬ ਦੇ ਬੁਤਿਆਂ ਤੇ ਗੱਲ ਕਰਨੀ ਅਸੀਂ ਕੋਈ ਇਹਦੇ ਵਿੱਚ ਜਾਤੀ ਗੱਲ ਨਾ ਬਣਾਈਏ ਕੋਈ ਜਾਤੀ ਪ੍ਰੈਸਟੀਜ ਦਾ ਸਵਾਲ ਨਾ ਬਣਾਈਏ ਦੇ ਵਰ ਵੈਰੀ ਇੰਪੋਰਟੈਂਟ ਇਸ਼ੂਸ ਐਂਡ ਦੇ ਵਰ ਆਲ ਕਨੈਕਟਡ ਓਨਲੀ ਟੂ ਲਾ ਐਂਡ ਔਰਡਰ ਆਫ ਪੰਜਾਬ ਅੰਦਰ ਗਏ ਸਾਨੂੰ ਸਾਰਿਆਂ ਕੋ ਪਹਿਲੇ ਫੋਨ ਲੈ ਕੇ ਚਲੋ ਉਹ ਵੀ ਅਸੀਂ ਸਮਝਨੇ ਕਿ ਫੋਨ ਅੱਜਕੱਲ ਨਵੀਂ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਦੀ ਤਰ੍ਹਾਂ ਡੀਲ ਕਰ ਰਹੇ ਹੋ ਨੇ ਚਲੋ ਆਮ ਇਹ ਨਵੀਂ ਪ੍ਰਥਾ ਹੈ ਕਿ ਚਲੋ ਫॉर ਸਿਕਿਉਰਟੀ ਰੀਜ਼ ਆਫ ਵਾਟਐਵਰ ਸਾਰਿਆਂ ਦੇ ਫੋਨਸ ਲੈ ਲੈ ਕੇ ਅਸੀਂ ਦੇ ਦਿੱਤੇ ਸੀਐਮ ਦੇ ਕਾਨਫਰੈਂਸ ਰੂਮ ਸੀਐਮ ਦੇ ਕਰਦੇ ਕਾਨਫਰੈਂਸ ਰੂਮ ਚ 45 ਮਿੰਟ ਬਿਠਾਇਆ ਗਿਆ ਪਾਣੀ ਵੀ ਪੁੱਛਿਆ ਗਿਆ ਜਦੋਂ ਚਾਹੀਏ ਤੇ ਚਾਹ ਦਾ ਕੱਪ ਅਸੀਂ ਅਜੇ ਫੜੇ ਹੀ ਤੇ ਇੱਕ ਉਹਨਾਂ ਦੇ OST ਨੇ ਆ ਕੇ ਸਾਡੇ ਪਾਰਟੀ ਦੇ ਪ੍ਰਧਾਨ ਦੇ ਗੰਚ ਕਿਹਾ ਕਿ ਜੀ ਜੀ ਮਿਸਟਰ ਸਾਹਿਬ ਅੱਜ ਨਹੀਂ ਤੁਹਾਨੂੰ ਕੱਲ 1 ਵਜੇ ਮਿਲਣਗੇ ਉਥੋਂ ਮੈਨੂੰ ਇਹ ਨਜ਼ਰ ਆਈ ਕਿ ਉਹ ਭਗਵੰਤ ਸਿੰਘ ਮਾਨ ਨਹੀਂ ਪ੍ਰਤਾਪ ਸਿੰਘ ਬਾਜਵਾ ਜਿਹਨੂੰ ਤੂੰ ਜਾਣਦਾ ਸੀ ਪਹਿਲੀ ਡਿਸੀਜਨ ਭਗਵੰਤ ਸਿੰਘ ਮਾਨ ਦੀ ਸੀ ਸਾਨੂੰ ਟਾਈਮ ਦੇਣਾ ਤੇ ਅੰਦਰ ਸੱਦਣਾ ਦੂਸਰੀ ਡਿਸੀਜਨ ਸਾਨੂੰ ਇਨਕਾਰ ਕਰਨਾ ਬੇਇਜ਼ਤ ਕਰਨਾ ਉਹ ਇਹਦੇ ਆਕਾ ਅਰਵਿੰਦ ਕੇਜਰੀਵਾਲ ਦੀ ਸੀ ਸੋ ਇਥੋਂ ਮੈਨੂੰ ਨਜ਼ਰ ਆਇਆ ਜਿਹੜਾ ਮੇਰਾ ਪਹਿਲਾ ਮੈਂ ਤੁਹਾਨੂੰ ਸਵਾਲ ਕੀਤਾ ਹੁਣ ਇਹ ਬੰਦੂ ਹੈ ਹੁਣ ਇੰਡੀਪੈਂਡੈਂਟ ਚੀਫ ਮਿਨਿਸਟਰ ਨਹੀਂ ਮੈਨੂੰ ਬਹੁਤ ਅਫਸੋਸ ਸੀ ਕਿੱਥੇ ਲੈਜੈਂਡਰੀ ਚੀਫ ਮਿਨਿਸਟਰ ਸਾ ਪ੍ਰਤਾਪ ਸਿੰਘ ਕਹਿ ਰਹੋ ਤੇ ਵਾਟਫਾਲ ਕਿੱਥੋਂ ਕਿੱਥੇ ਡਰ ਗਏ ਆ ਕਿ ਭਗਵੰਤ ਸਿੰਘ ਮਾਨ ਤੇ ਮਹਾਰਾਜਾ ਰਣਜੀਤ ਸਿੰਘ ਦਾ ਸੂਬਾ ਹੋਏ ਗੁਰੂਆਂ ਪੀਰਾਂ ਪੈਗੰਬਰਾਂ ਸੂਰਬੀਰਾਂ ਦੀ ਧਰਤੀ ਹੋਏ ਤੇ ਉਹ ਚੀਫ ਮਿਨਿਸਟਰ ਜਿਹੜਾ ਬਾਈ ਪ੍ਰੌਕਸੀ ਰਨ ਕਰ ਰਿਹਾ ਉਹਦੀਆਂ ਲੱਤਾਂ ਤੇ ਬਾਹਾਂ ਬੰਨ ਲੀਆਂ ਚਾਨ ਉਹਨੂੰ ਆਰਡਰ ਮੁਲਾਕਾਤ ਆਰਡਰ ਵੇਖੋ ਮੈਂ ਪੱਕੇ ਤੌਰ ਯਕੀਨਨ ਤੌਰ ਮੈਂ ਤੁਹਾਨੂੰ ਦੱਸ ਰਿਹਾ ਇਹ ਉੱਤੋਂ ਪੁੱਛਿਆ ਗਿਆ ਵਿਦ those 45 ਮਿੰਟਸ ਦੇ ਵਿੱਚ ਪੁੱਛਿਆ ਗਿਆ ਕਹ ਜੀ 50 ਬੰਦੇ ਆਏ ਨੇ ਦੱਸੋ ਕੀ ਕਰਨਾ ਉਹਨੇ ਕਿਹਾ ਕਿ ਇਹਨਾਂ ਨੂੰ ਉਹੀ ਕਰੋ ਜੋ ਦੁਸ਼ਮਨਾ ਨਾਲ ਕਰੀਦਾ ਇਹਨਾਂ ਨੂੰ ਜ਼ਲੀਲ ਕਰੋ ਇਹਨਾਂ ਨੂੰ ਅਗਲੇ ਦਿਨ ਦਾ ਟਾਈਮ ਦਿਓ ਅਹੀਂ ਕੋਈ ਬੰਦੂਬਸਦੂਰ ਹੈ ਤੇ ਕੇਜਰੀਵਾਲ ਤੇ ਹਰ ਗੱਲ ਆਪੋਜੀਸ਼ਨ ਕੇਜਰੀਵਾਲ ਤੇ ਦਿੱਲੀ ਤੇ ਕਿਉਂ ਪਾਦੇ ਨਹੀਂ ਚੱਲੀ ਉੱਥੋਂ ਰਹੀ ਹੈ ਤੁਸੀਂ ਕੀ ਸਮਝੋ ਕਿ ਭਗਵੰਤ ਸਿੰਘ ਮਾਨ ਆਜ਼ਾਦ ਹੈ ਇਹ ਬਿਲਕੁਲ ਇੰਡੀਪੈਂਡੈਂਟ ਹੈ ਹੀ ਨਹੀਂ ਤੁਸੀਂ ਅਗਲੀ ਚੀਜ਼ ਵੇਖੋ ਤੁਸੀਂ ਸਕਿਉਰਿਟੀ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਏਵਰੀਥਿੰਗ ਕਮ ਕਮ ਫਰਮ ਥੇ ਟੌਪ ਆਪਦੇ ਪੇਜ ਉੱਤੇ ਲੱਗਿਆ ਜੀ ਫਿਰ ਇਹਨੂੰ ਕੋਡੇ ਤੇ ਕਿ ਉਹਨਾਂ ਲੋਕਾਂ ਕੋ ਫਿਰ ਤਰਲੇ ਕੱਢਣੇ ਪਏ ਨੱਕ ਰਗੜਨਾ ਪਿਆ ਪਹਿਲੇ ਵੇਖੋ ਪੇਜ ਤੇ ਕਦੀ ਤੁਸੀਂ ਸੁਣਿਆ ਇਹ ਗੱਲ ਕਿ ਪਹਿਲੇ ਪੇਜ ਤੇ ਆਇਆ ਕਿ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਕਿਉਰਿਟੀ ਅਸੀਂ ਰਾਗਾ ਸੁਆਮੀ ਸਾਸੰਗ ਦੀ ਸਕਿਉਰਿਟੀ ਅਸੀਂ ਸਿੱਧੂ ਮੂਸੇਵਾਲ ਦੇ ਸਕਿਉਰਿਟੀ ਤੇ 424 ਲੋਕਾਂ ਦੀ ਹੋਰ ਸਕਿਉਰਿਟੀ ਵਿਡਰੋ ਕਰ ਲਈ ਆਮ ਇਹਨਾਂ ਨੇ ਲੋਕਾਂ ਨੂੰ ਦੱਸਣ ਵਾਸਤੇ ਆਪਦੇ ਪੇਜ ਤੇ ਸੀਐਮ ਦੇ ਪੇਜ ਤੇ ਪਾਇਆ ਗਿਆ ਉਸ ਤੋਂ ਬਾਅਦ ਜਦੋਂ ਨਹਿਤਾ ਹੋ ਗਿਆ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਇਹਨੂੰ ਡਰ ਪੈ ਗਿਆ ਭਗਵੰਤ ਸਿੰਘ ਨੂੰ ਕਿ ਜੇ ਹੁਣ ਕੋਈ ਵੱਡੀ ਵਾਰਦਾਤ ਹੋ ਕੇ ਆ ਜਿਹੜੇ ਲੋਕਾਂ ਦੇ ਮੈਂ ਨਾਂ ਦਿੱਤੇ ਨੇ ਕਿਤੇ ਇਹਨਾਂ ਦੇ ਵਿੱਚੋਂ ਕੋਈ ਸ਼ਿਕਾਰ ਹੋ ਗਿਆ ਤੇ ਮੈਂ ਜਾਵਾਂਗਾ ਕਿੱਧਰ ਨੂੰ ਫਿਰ ਗੋਡੇ ਰਗੜੇ ਨਾਕਰ ਰਗੜਿਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਬੇਇਜ਼ਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਨੂੰ ਸੋ ਇੱਥੋਂ ਸਾਫ਼ ਤੌਰ 'ਤੇ ਨਜ਼ਰ ਆਉਂਦਾ ਹੈ ਡਿਸੀਜਨ ਇੱਕ ਜਗ੍ਹਾ ਤੋਂ ਨਹੀਂ ਹੋ ਰਿਹਾ ਡਿਸੀਜਨ ਦੋ ਜਗ੍ਹਾ ਤੋਂ ਹੋ ਰਿਹਾ ਬਾਜਵਾ ਸਾਹਿਬ ਜਦੋਂ ਕੈਪਟਨ ਸਾਹਿਬ ਦਾ ਰਾਜ ਸੀ ਤੁਹਾਡੀ ਸਿਕਿਉਰਿਟੀ ਕੈਪਟਨ ਸਾਹਿਬ ਨੇ ਵਾਪਸ ਲਈ ਸੀ ਉਹਨਾਂ ਨੇ ਵੀ ਤਾਂ ਖਬਰ ਚਪਵਾਤੀ ਸੀ ਨਹੀਂ ਛੁਪਤ ਤੇ ਕੈਪਟਨ ਨਾ ਹੋਇਆ ਕੀ ਉਹੀ ਇਹਦੇ ਨਾਲ ਹੋਣਾ ਮੈਂ ਇਹੀ ਗੱਲ ਕਹਿ ਰਿਹਾ ਜੋ ਕੈਪਟਨ ਨਾ ਹੋਇਆ ਉਹੀ ਭਗਵੰਤ ਸਿੰਘ ਮਾਨ ਨਾ ਹੋਣਾ ਥੋੜਾ ਜਿਹਾ ਟਾਈਮ ਉਹਨੇ ਤਾਂ ਕਿਉਂਕਿ 5 ਸਾਲ ਬਾਅਦ ਸੇ ਲੋਕਾਂ ਨੇ ਟਾਈਮ ਦਿੱਤਾ ਕੈਪਟਨ ਨੂੰ ਵੀ ਦਿੱਤਾ ਸੀ ਸੇਮ ਸਿਚੁਏਸ਼ਨ ਜੋ ਕੈਪਟਨ ਅਬਰਿੰਦਰ ਸਿੰਘ ਦੀ ਬਣੀ ਆ ਲਿਖ ਕੇ ਲੈ ਲੋ ਉਹੀ ਭਗਵੰਤ ਸਿੰਘ ਮਾਨ ਨੂੰ ਇਹ ਦਿੱਲੀ ਦੀ ਲੋਬੀ ਆਪ ਦੀ ਇਹਦੀਆਂ ਲੱਤਾਂ ਬਾਹਾਂ ਬਣੇਗੇ ਇਹਨੂੰ ਰਿਪਲੇਸ ਕਰੇਗੀ ਇਹਦਾ ਉਹੀ ਹਾਲ ਹੋਏਗਾ ਜੋ ਕੈਪਟਨ ਦਾ ਹੋਇਆ ਇਹ ਗੱਲ ਮੇਰੇ ਕੋਲ ਲਿਖ ਕੇ ਲੈ ਤੇ ਕੈਪਟਨ ਸਾਹਿਬ ਦਾ ਕਿਹਨੇ ਕੀਤਾ ਇਹਨਾਂ ਦਾ ਤਾਂ ਚਲੋ ਦਿੱਲੀ ਲੋਬੀ ਕਰੇਗੀ ਉਹਨਾਂ ਦਾ ਵੀ ਕਿਸੇ ਨੇ ਕੀਤਾ ਹੀ ਹੋਏਗਾ ਜੇ ਉਹਨਾਂ ਦਾ ਹੋਇਆ ਤੇ ਇਹਦਾ ਸੇਮ ਹੋਣਾ ਮੈਂ ਤੇ ਤੁਹਾਨੂੰ ਇੰਨੀ ਗੱਲ ਦੱਸ ਤੀ ਮੇਰੀਆਂ ਸਿੰਪਥੀਜ਼ ਇਹਦੇ ਨਾਲ he was a well meaning man ਤੁਹਾਡੀਆਂ ਕੈਪਟਨ ਸਾਹਿਬ ਨਾਲ ਵੀ ਸੀਗੀਆਂ ਨਹੀਂ ਨਹੀਂ ਮੇਰੀ ਉਹਦੇ ਨਾਲ ਕੋਈ ਨਹੀਂ ਸੀ ਮੇਰੀ ਉਹਦੇ ਨਾਲ ਕੋਈ ਸਮਝ ਨਹੀਂ ਮੇਰੀ ਆਪਣੀ ਸਿਕਿਉਰਿਟੀ ਉਹਨੇ ਵਿਦਡਰਾ ਕੀਤੀ ਪੰਜਾਬ ਦੇ ਅਗੇਂਸਟ ਪੰਜਾਬ ਦੇ ਗ੍ਰੇਨ ਦੇ ਅਗੇਂਸਟ ਕੈਪਟਨ ਅਮਰਿੰਦਰ ਸਿੰਘ ਨੇ ਕੰਮ ਕਿਤੇ ਸੇਮ ਸੇਮ ਉਸ ਤੌਰ ਤਰੀਕੇ ਤੇ ਸੈਪਗਵੰਤ ਸਿੰਘ ਮਾਨ ਚੱਲ ਰਿਹਾ ਤੁਸੀਂ ਬੜਾ ਵਧੀਆ ਇੱਕ ਭਵਿੱਖਬਾਣੀ ਕਰਤੀ ਹੈ ਕਿ ਜੋ ਕੈਪਟਨ ਨਾਲ ਹੋਇਆ ਉਹੀ ਭਗਵੰਤ ਮਾਨ ਨਾਲ ਹੋਣਾ ਹੈ ਮੇਰੀ ਭਵਿੱਖਬਾਣੀ 7 April ਦੀ ਪਹਿਲੇ ਦੀ ਕਾਂਗਰਸ ਪਰਮ ਦੇ ਬਾਅਦ ਕਿ ਨਾ 2-3 ਬੰਦੇ ਆਪਣੇ ਫੜਨੇ ਨੇ ਮੰਤਰੀ 2-3 MLA ਫੜਨੇ ਨੇ ਇਹ ਟੁੰਗੜੇ ਨੇ ਫੇਰ ਇਹਨਾਂ ਨੇ ਪਾਰਲੀਮੈਂਟ ਇਲੈਕਸ਼ਨਾਂ ਜਾਣਾ ਤੇ ਕਹਿਣਾ ਕਿ ਦੱਸੋ ਕੇਜਰੀਵਾਲ ਵਰਗਾ ਹੈ ਕੋਈ ਜੀ ਤਾਂ ਉਹ ਸੱਚ ਹੋ ਗਈ ਇਹ ਵੀ ਹੋਣੀ ਹੈ ਭਗਵੰਤ ਸਿੰਘ ਮਾਨ ਹੈਜ਼ ਅ ਲਿਮਿਟਡ ਟਾਈਮ ਇਹ ਸਾਲੇ ਸਵਾਇ ਡੇਡ ਇਹਦੇ ਆਕਾ ਨੇ ਤੁਸੀਂ ਆ ਮੇਰੀ ਗੱਲ ਨੋਟ ਕਰ ਲਓ ਜਾਂ ਸੁੱਚਾ ਸਿੰਘ ਛੋਟੇਪੁਰ ਇਹਨਾਂ ਨੇ ਆਪ ਹੀ ਇਲਜ਼ਾਮ ਲਾਇਆ ਆਪ ਹੀ ਆਡੀਓ ਦਾ ਜ਼ਿਕਰ ਕੀਤਾ ਆਡੀਓ ਪ੍ਰੈਜ਼ੈਂਟ ਨਹੀਂ ਕੀਤੀ ਉਹਨੂੰ ਸ਼ਿਕਾਰ ਕਰ ਦਿੱਤਾ ਉਹਦਾ ਇਹਨਾਂ ਨੇ ਹਮੇਸ਼ਾ ਬਾਅਦ ਸੇ ਜਿਹੜਾ ਪੋਲਿਟੀਕਲ ਕੈਰੀਅਰ ਸੀ ਖਤਮ ਕਰ ਦਿੱਤਾ ਸੇਮ ਫੇਟ ਅਵੇਟਸ ਭਗਵੰਤ ਸਿੰਘ ਮਾਨ ਚਲੋ ਅਗਰ ਤੁਸੀਂ ਇੰਨੀ ਗੱਲ ਕਰ ਰਹੇ ਹੋ ਤਾਂ ਫਿਰ ਡੇਢ ਸਾਲ ਬਾਅਦ ਸੀਐਮ ਕੌਣ ਬਣੇਗਾ ਲੱਭ ਕੇ ਕੋਈ ਦਿੱਲੀੋਂ ਲਿਆਣਗੇ ਜੀ ਹੋ ਸਕਦਾ ਰਾਗਵ ਚੱਡਾ ਪੰਜ ਤੇ ਪੰਜਾਬੀ ਮੰਨ ਲੈਣਗੇ ਉਹਨੂੰ ਸੀਐਮ ਮਨਨ ਨਾ ਮਨਣਾ ਕਰੀ ਦਿੱਤਾ ਕੰਮ ਚ ਜਦੋਂ ਸਾਰਾ ਕੰਮ ਹੀ ਉਥੋਂ ਹੋ ਰਿਹਾ ਜੀ ਜੇ ਚੀਫ ਸੈਕਟਰੀ ਉਥੇ ਬੁਲਾਇਆ ਜਾ ਸਕਦਾ ਹੈ ਜਾਂ ਇਨ ਸੈਕਟਰੀ ਬੁਲਾਇਆ ਜਾ ਸਕਦਾ ਜੇ ਸਾਰੀ ਐਕਸਾਈਜ਼ ਦੀ ਪਾਲਿਸੀ ਦਿੱਲੀ ਚੋਂ ਬਣ ਸਕਦੀ ਹੈ ਸਾਰਾ ਕੰਮ ਤੇ ਹੋ ਹੀ ਉਥੋਂ ਰਿਹਾ ਜੀ ਤੇ ਉਹ ਐਕਸਾਈਜ਼ ਪਾਲਿਸੀ ਪੰਜਾਬ ਦੀ ਫੇਵਰ ਚ ਨਹੀਂ ਹੈ ਨਹੀਂ ਅਜੇ ਦਿੱਲੀ ਬਣੇ ਕਿਥੇ ਵੀ ਬਣੇ ਸਾਨੂੰ ਤਾਂ ਪੰਜਾਬ ਲਈ ਚਾਹੀਦੀ ਹੈ ਮੈਂ ਕਹਿੰਨਾ ਬਹੁਤ ਹੀ ਅੱਛੀ ਪਹਿਲੇ ਆ ਤੇ ਲੈਣ ਦੋ ਸਿਰੇ ਤੇ ਚੜ ਲੈਣ ਦੋ ਤੇ ਸਿਰੇ ਨਹੀਂ ਚੜ ਰਹੀ ਕੋਈ ਠੇਕੇਦਾਰ ਐਕਸੈਪਟ ਕਰਕੇ ਰਾਜ਼ੀ ਨਹੀਂ ਅਜੇ ਹੋ ਤੇ ਲੈਣ ਦੋ ਕੁਝ ਹੋ ਤੇ ਲੈਂਦਲ ਕੋਣ ਕੋਣ ਵੱਡੇ ਨੇ ਕਿਹੜੇ ਕਿਹੜੇ ਵੱਡੇ ਪਲੇਅਰਸ ਕਿੱਥੋਂ ਲੈ ਕੇ ਆਂਦੇ ਜਾ ਰਹੇ ਨੇ ਕੀ ਕੀ ਉਹਨਾਂ ਕੋ ਫੇਵਰਸ ਲਈਆਂ ਗਈਆਂ ਗਿਆ ਸਾਰਾ ਕੁਝ ਸਾਹਮਣੇ ਆ ਜਾਣਾ ਤੁਹਾਡੇ ਇੱਕ ਇਕੱਲੇ ਲੀਡਰ ਨੇ ਜ਼ਿਕਰ ਤੇ ਕੀਤਾ ਕਿ ਕੋਣ ਕੋਣ ਲੋਕ ਨੇ ਸਾਰੇ ਆਣ ਕੇ ਸਾਹਮਣੇ ਤੁਹਾਡੇ ਜੀ ਜਿਹੜੀ ਭਗਵੰਤ ਨਾਲ ਮੁਲਾਕਾਤ ਹੋਣੀ ਸੀ ਉਸ ਦਿਨ ਮੁੱਦਾ ਕੀ ਸੀ ਅਚਾਨਕ ਜੇ ਪਹੁੰਚ ਹੀ ਗਏ ਸੀ ਮੁੱਦਾ ਕੀ ਸੀ 100% ਮੈਂ ਤਾਂ ਹਾਂ ਪਹਿਲਾ ਮੁੱਦਾ ਕੀ ਸੀ ਪਹਿਲੇ ਤੇ ਰਾਹੁਲ ਜੀ ਦੇ ਨਾਲ ਮੈਂ ਤੇ ਰਾਜਾ ਵੜਿੰਗ ਜੀ ਗਏ ਸਾਡੀ ਹੋਰ ਲੀਡਰਸ਼ਿਪ ਵੀ ਹਰੀਸ਼ ਚੌਧਰੀ ਸਾਹਿਬ ਗਏ ਨੇ ਉਹਨਾਂ ਤੇ ਫਾਦਰ ਨੇ ਇੱਕੋ ਗੱਲ ਕਹੀ ਕਿ ਜੀ ਪਹਿਲੇ ਤੋਂ ਅਸੀਂ ਜਦੋਂ ਪੋਸਟਮਾਰਟਮ ਹੋਣਾ ਸੀ ਉਦੋਂ ਵੀ ਅਸੀਂ ਇਨਕਾਰ ਕਰ ਦਿੱਤਾ ਸੀ ਅਸੀਂ ਬੱਚੇ ਦਾ ਪੋਸਟਮਾਰਟਮ ਨਹੀਂ ਕਰਨਾ ਸਾਨੂੰ ਪਹਿਲੇ ਜਸਟਿਸ ਚਾਹੀਦੀ ਉਸ ਟਾਈਮ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਭਗਵੰਤ ਸਿੰਘ ਮਾਨ ਨੇ ਐਕਸੈਪਟ ਕਰ ਲਿਆ ਸੀ ਕਿ ਅਸੀਂ ਇੱਕ ਹਾਈ ਕੋਰਟ ਦਾ ਸਟਿੰਗ ਜੱਜ ਜਿਹੜਾ ਅਸੀਂ ਚੀਫ ਜਸਟਿਸ ਨੂੰ ਬੇਨਤੀ ਕਰਕੇ ਲੈ ਲਾਂਗੇ ਉਹ ਇਨਕੁਆਇਰੀ ਕਰੇਗਾ ਐਜ਼ ਸਾਰੇ ਦੇ ਵਿੱਚ ਸੋ ਥੈਟ ਜਿਹੜੇ ਰੀਅਲ ਪਰਪੇਟਰਪਰਪੀਟਰਟਸ ਨੇ ਜਿਨ੍ਹਾਂ ਨੇ ਕ੍ਰਾਈਮ ਕਮਿਟ ਕੀਤਾ ਉਹ ਬੰਦੇ ਕਾਬੂ ਕਰ ਦਿੱਤੇ ਚਿੱਠੀ ਲਿਖਵਾ ਦਿੱਤੀ ਗਈ ਆਨਰੇਬਲ ਹਾਈ ਕੋਰਟ ਨੇ ਉਹਨੂੰ ਐਕਸੈਪਟ ਨਹੀਂ ਕੀਤਾ ਉਹ ਗੱਲ ਉੱਥੇ ਦੀ ਉੱਥੇ ਰਹਿ ਗਈ ਫਿਰ ਉਹਨਾਂ ਨੇ ਹੋਮ ਮਿਨਿਸਟਰ ਹਿੰਦੁਸਤਾਨ ਦੇ ਇਥੇ ਅਮਿਤ ਸ਼ਾ ਜੀ ਆਏ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਮਿਲੇ ਰਾਹੁਲ ਜੀ ਨੂੰ ਵੀ ਇਹੀ ਗੱਲ ਕਹੀ ਭਗਵੰਤ ਸਿੰਘ ਮਾਨ ਨੇ ਜਦੋਂ ਫੋਨ ਕੀਤਾ ਉਦੋਂ ਵੀ ਕਹੀ ਕਿ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਐਨਆਈਏ ਕਰੇ ਜਾਂ ਸੀਬੀਆਈ ਕਰੇ ਸਾਨੂੰ ਪੰਜਾਬ ਪੁਲਿਸ ਦੀ ਜਿਹੜੀ ਤੁਹਾਡੀ ਏਜੰਸੀ ਹੈ ਜਿਹੜੀ ਸਾਡੇ ਬੱਚੇ ਨੂੰ ਸੇਫਗਾਰਡ ਨਹੀਂ ਕਰ ਸਕੀ ਜਦੋਂ ਟਾਈਮਲੀ ਵਾਰਨ ਕੀਤਾ ਗਿਆ ਸੀ ਕਿ ਇਹਦੇ ਤੇ ਅਟੈਕ ਹੋਏਗਾ ਇੱਕ ਜਦੋਂ ਸਪੈਸ਼ਲ ਇਹਨਾਂ ਦੀ ਦਿੱਲੀ ਪੁਲਿਸ ਵਾਲਿਆਂ ਦੀ ਸਪੈਸ਼ਲ ਉੱਥੋਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਇੱਕ ਲੜਕਾ ਉੱਥੇ ਗ੍ਰਿਫਤਾਰ ਕੀਤਾ ਸੀ ਉਹਨੇ ਬਕਾਇਦਾ ਤੌਰ ਤੇ ਦੱਸਿਆ ਕਿ ਮੈਂ ਮਹੀਨਾ ਰੈਕੀ ਕੀਤੀ ਹੈ ਐਂਡ ਉਸ ਰੈਕੀ ਤੋਂ ਬਾਅਦ ਮੈਂ ਉੱਤੇ ਜਾ ਕੇ ਇਹਨਾਂ ਨੂੰ ਕਹਿ ਦਿੱਤਾ ਸੀ ਆਪਣੇ ਜਿਹੜੇ ਆਕਾ ਸੀ ਕਿ ਇਹ ਪਿਸਤੌਲ ਤੇ ਰਵਲਵਰਾਂ ਨਾਲ ਨਹੀਂ ਮਾਰਿਆ ਜਾਣਾ ਮੈਨੂੰ ਹੈਵੀ ਆਰਮਰੀ ਚਾਹੀਦੀ ਹੈ AK47 ਨਹੀਂ ਚਾਹੀਦੀ ਹੈ ਉਹ ਪ੍ਰਕਿਊਰ ਕੀਤੀ ਉਹਨਾਂ ਨੇ ਟਾਈਮਲੀ ਵਾਰਨ ਹੋਣ ਦੇ ਬਾਬਜੂ ਤਾਂ ਜਿਹੜੀ ਐਂਟੀ ਗੈਂਗਸਟਰਸ ਦਾ ਇੱਕ ਇੱਥੇ ਬਣਾਇਆ ਇਹਨਾਂ ਨੇ ਨਾ ਉਹਨਾਂ ਨੇ ਉਹਨੂੰ ਰੋਕ ਸਕੇ ਨਾ ਉਹਨੂੰ ਬਾਅਦ ਚ ਬਚਾ ਸਕੇ ਨਾ ਅੱਜ ਦੇ ਦਿਨ ਤੱਕ ਤੁਸੀਂ ਮੈਨੂੰ ਅੱਜ ਅੱਜ 10ਵੇਂ 15ਵੇਂ ਦਿਨ ਤੁਸੀਂ ਮੈਨੂੰ ਇੰਟਰਵਿਊ ਕਰ ਰਹੇ ਅੱਜ ਦੇ ਦਿਨ ਤੱਕ ਕੋਈ ਮੇਜਰ ਕੈਲਰਸੀ ਗ੍ਰਿਫਤਾਰੀ ਕੋਈ ਨਹੀਂ ਹੋਈ ਮਾਰਨ ਵਾਲੇ ਇਮਰਾਨ ਵਾਲੇ ਕਿਸੇ ਨੂੰ ਕਿਸੇ ਨੂੰ ਕੋਈ ਨਹੀਂ ਸੋ ਸਾਡਾ ਉਸ ਦਿਨ ਮੇਨ ਮਕਸਦ ਇਹ ਸੀ ਕਿ ਤੁਸੀਂ ਇਨਕੁਆਰੀ ਇਮੀਡੀਐਟਲੀ ਜਿਹੜੀ ਅਸੀਂ ਯੈਸ ਕੀਤੀ ਹੈ ਕਿਉਂਕਿ ਸਾਡਾ ਸਾਡਾ ਉਹ ਨੌਜਵਾਨ ਬੱਚਾ ਜਿਹੜੇ ਸਾਡੀ ਪਾਰਟੀ ਨਾਲ ਤਲਕ ਰਹਾ ਸਾਡੇ ਵੱਲੋਂ ਕੰਟੈਸਟ ਕੀਤਾ ਸਾਡੀ ਜ਼ਿੰਮੇਵਾਰੀ ਸੀ ਇੱਕ ਤੇ ਨੰਬਰ 1 ਉਹ ਸੀ ਨੰਬਰ 2 ਮੈਂ ਤੁਹਾਨੂੰ ਦੱਸਣਾ ਚਾਹਨਾ ਔਨ ਕੈਮਰਾ ਇੱਕ ਬਹੁਤ ਹੀ ਵੱਡੇ ਕਾਂਗਰਸ ਦੇ ਸੀਨੀਅਰ ਲੀਡਰ ਬਾਹਰਲੇ ਲੋਕ ਜਿਹੜੇ ਆ ਇਸ ਟਾਈਮ ਮਸ਼ਹੂਰ ਨੇ ਉਹਨਾਂ ਨੇ ਪਿਛਲੇ ਦਿਨੀ ਅੱਜ ਤੋਂ 4-5 ਦਿਨ ਪਹਿਲੇ ਉਹਨਾਂ ਨੂੰ ਵੀ ਥ्रेट ਦਿੱਤਾ ਮਾਰਨ ਦਾ ਪੰਜਾਬ ਪੁਲਿਸ ਦੇ ਜ਼ਵੀਰ the chief minister is fully aware but they have done nothing at all this was one of the reasons we wanted to tell him please take security jehdi security hai issues sanu zyada toade na bhagwan ji pata hai kyunki assi 15 saal ithon da waqfa te hatwaad apne pindya te handayya assi apne parivara de ji nuksaan karwaye tusi nave tusi ajhe bacche si kuch school ch pad de ne jo hatwaad ditte si innu security nu lightly na lo innu es hisab ch na vekho ke mere political virodhi ne ਕੋਈ ਕਾਂਗਰਸੀ ਹੋਵੇ ਕੋਈ ABCD ਕਿਸੇ ਪਾਰਟੀ ਦਾ ਹੋਵੇ ਤੇ ਮੈਂ ਸਿਕਿਉਰਟੀ ਉਸ ਹਿਸਾਬ ਨਾਲ ਦੇਣੀ ਹੈ ਇੱਕ ਇੱਕ ਜਨਰਲ ਪੰਜਾਬ ਦੇ ਵਿੱਚ ਨਾ ਕਿਸੇ ਦੀ ਜ਼ਿੰਦਗੀ ਨਾ ਕਿਸੇ ਦੀ ਪ੍ਰਾਪਰਟੀ ਮਹਿਫੂਜ਼ ਹੈ ਦੋ ਦਿਨ ਪਹਿਲੇ ਇੱਕ ਨੌਜਵਾਨ ਬੱਚਾ ਜਨਮ ਦਿਨ ਜਦੋਂ ਉਹਦਾ ਸੀ 30 31 ਸਾਲ ਦਾ ਮੁਹੱਲੇ 'ਚ ਗੋਲੀ ਮਾਰ ਕੇ ਮਾਰ ਦਿੱਤੇ ਰੇ ਕੱਲ 1.5 ਕਰੋੜ ਰੁਪਇਆ ਡੇਰਾ ਬਸੀ ਤੋਂ ਖੋ ਕੇ ਲੈ ਗਏ ਬਟਾਲੇ ਦੇ ਵਿੱਚ ਇੱਕ ਨਾਕੇ ਤੇ ਪੁਲਿਸ ਹੋਤੇ ਗੈਂਗਸਟਰਸ ਨੇ ਗੋਲੀ ਚਲਾਤੀ ਫਟੜ ਕਰ ਦਿੱਤੇ ਹਰ ਰੋਜ਼ अनेका ਕਤਲ ਹੋ ਰਹੇ ਨੇ ਕੋਈ ਕਿਸੇ ਬਨੇ ਗੱਲ ਨਹੀਂ ਲੱਗ ਰਹੀ ਜੀ ਕੋਈ ਐਕਸੀਡੈਂਸ਼ਨ ਦੀ ਇਹਨਾਂ ਵੱਲੋਂ ਕੋਈ ਕਿਸੇ ਕਿਸਮ ਦੀ ਇਹਨਾਂ ਵੱਲੋਂ ਕੋਈ ਕੋਸ਼ਿਸ਼ ਨਹੀਂ ਜੀ ਵੈਪਨਸ ਆ ਰਹੇ ਨੇ ਡਰੱਗਸ ਆ ਰਹੇ ਨੇ ਵੀ ਆਰ ਅ ਵੈਰੀ ਵੈਰੀ ਸੈਂਸਿਟਿਵ ਸਟੇਟ ਥਿਸ ਇਜ਼ ਅ ਨਿਊ ਪਾਰਟੀ ਨਾ ਕੇਜਰੀਵਾਲ ਸਾਹਿਬ ਅਤਵਾਦ ਬਾਰੇ ਵਾਕਫ ਨੇ ਨਾ ਰਾਗਵ ਚੱਡਾ ਤੇ ਨਾ ਭਗਵੰਤ ਸਿੰਘ ਮਾਨੀ ਦੇ ਆਰ ਪਲੇਇੰਗ ਵਿਦ ਫਾਇਰ ਅਸੀਂ ਕਹਿ ਰਹੇ ਹਾਂ ਦੇ ਆਰ ਪਲੇਇੰਗ ਵਿਦ ਫਾਇਰ ਪੰਜਾਬ ਇਜ਼ ਅ ਬਾਰਡਰ ਸਟੇਟ ਦੇ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ ਇਹ ਇਹਨੂੰ ਕਹਿਣਗੇ ਸੀ ਸਾਨੂੰ ਇਹ ਨਹੀਂ ਸੀ ਪਤਾ ਕਿ ਇਹਦੇ ਇੰਨਾ ਕਠਿਆਪਨ ਵਿਖਾਣਾ ਮੇਨ ਆਪੋਜੀਸ਼ਨ ਨੂੰ ਸਦਕੇ ਪਚਕਾਣਾ ਹਰਕਰ ਕੀਤੀ ਹੈ ਛੋਟਾਪਨ ਵਿਖਾਇਆ ਪੰਜਾਬ ਤੇ ਭਾਈ ਜਾਨ ਵੱਡੇ ਦਿਲਵਾਸੇ ਜਾਣਿਆ ਜਾਂਦਾ ਹੈ ਮੈਗਨੈਨਿਮਿਟੀ ਵਾਸੇ ਜਾਣਿਆ ਜਾਂਦਾ ਹੈ ਪੰਜਾਬੀ ਦੇ ਘਰ ਤੇ ਉਹਦਾ ਕੋਰ ਵਿਰੋਧੀ ਵੀ ਆ ਜੇ ਤਾਂ ਵੀ ਉਹਨੂੰ ਚਾਹ ਪੁੱਛੀ ਜਾਂਦੀ ਹੈ ਉਹਨੂੰ ਪਾਣੀ ਪੁੱਛਿਆ ਜਾਂਦਾ ਹੈ ਉਹਨੂੰ ਘਰ ਦੇ ਦਰਵਾਜ਼ੇ ਤੱਕ ਛੱਡਣ ਆਇਆ ਜਾਂਦਾ ਤੁਸੀਂ ਘਰ ਵਿੱਚ ਆਇਆ ਨੂੰ ਸਾਡੇ ਤੇ ਕੇਸ ਰਜਿਸਟਰ ਕਰਾਂਦੇ ਹੋ ਔਰ ਕੇਸ ਵੀ ਕੀ 452 ਲੋਆਂ ਦੀ ਕੋਸ਼ਿਸ਼ ਟ੍ਰੈਸ ਪਾਸਿੰਗ ਤੁਹਾਡਾ OST ਸਾਨੂੰ ਬਾਹਰੋਂ ਲੈ ਕੇ ਜਾਂਦਾ ਉਹ ਤੇ ਜੇ ਔਨ ਕੈਮਰਾ ਸਾਰਾ ਕੁਝ ਨਾ ਹੁੰਦਾ ਤੇ 452 ਲੋਆਂ ਦਾ ਵੇਖੋ ਕਿੰਨੀ ਘਟਿਆ ਸੋਚ ਇਸ ਜੋ ਮਾਦੀ ਸੋਚ ਵੇਖੋ ਇਹਨਾਂ ਦਾ ਸੀ ਕਿ ਸਾਰੀ ਕਾਂਗਰਸ ਦੀ ਲੀਡਰਸ਼ਿਪ ਕਾਬੂ ਆ ਗਈ ਹੈ 452 ਲੋ ਜਿਹੜੀ ਤੁਹਾਡੀ ਸੰਗਰੂਰ ਦੀ ਬਾਈ ਇਲੈਕਸ਼ਨ ਨੇ ਜਿੱਦਨ ਤੱਕ ਇਹ ਓਵਰ ਹੋਣੀ ਹੈ ਸਾਰੇ ਜਣੇ ਉਥੇ ਜੁਡੀਸ਼ੀਅਲ ਕਸਟਡੀ ਸੇ ਹੋਣਗੇ ਇਹ ਤੇ ਸਾਡੀ ਖੁਸ਼ਕਿਸਮਤੀ ਸਮਝ ਲੋ ਕਿ ਯੂਟੀ ਦੇ ਵਿੱਚ ਤਿੰਨ ਸੈਕਟਰ ਪੁਲਿਸ ਸਟੇਸ਼ਨ ਇਸ ਅੰਡਰ ਦੀ ਗਵਰਨਰ ਨਾਟ ਅੰਡਰ ਭਗਵਾਨ ਸਿੰਘ ਮਾਨ ਉਹਨਾਂ ਨੇ ਇਹ ਗੱਲ ਇਹਨਾਂ ਦੀ ਮੰਨੀ ਨਹੀਂ ਸਾਡੇ ਤੇ ਜਿਹੜੀ ਦਫਾ ਲਾਈ ਉਹ ਵੀ ਟੋਟਲੀ ਨਜਾਇਜ਼ ਕਦੀ ਇਹ ਸੋਚਿਆ ਤੁਸੀਂ ਕਿਸੇ ਪੰਜਾਬੀ ਦੇ ਘਰ ਜਾਓ ਤੁਸੀਂ ਕੋਈ ਅਜੀ ਕੋਈ ਚੀਜ਼ ਅਸੀਂ ਤੋੜੀ ਨਹੀਂ ਕਿਸੇ ਨਾਲ ਅਸੀਂ ਮਿਸਬੀਹੇਵ ਨਹੀਂ ਕੀਤਾ ਕਿਸੇ ਨੂੰ ਮਾੜੀ ਚੰਗੀ ਗੱਲ ਨਹੀਂ ਕਹੀ ਹਾਂ ਥੋੜੀ ਦੇਰ ਵਾਸਤੇ ਸੀਐਮ ਦੇ ਕੰਪਲੈਕਸ ਦੇ ਵਿੱਚ ਅਸੀਂ ਧਰਨੇ ਤੇ ਥੋੜੀ ਦੇਰ ਵਾਸਤੇ ਜਿਹੜਾ ਇੱਕ ਸਾਡਾ ਇੱਕ ਡੈਮੋਕਰੇਸੀ ਦੇ ਵਿੱਚ ਹੱਕ ਅਸੀਂ ਉੱਥੇ ਬੈਠੇ ਹਾਂ ਅਮਨ ਸ਼ਾਂਤੀ ਨਾਲ ਬੈਠੇ ਹਾਂ ਜਦੋਂ ਜਦੋਂ ਐਸਐਸਪੀ ਫਿਰ ਇਹਨਾਂ ਚੰਡੀਗੜ੍ਹ ਬੁਲਾਇਆ ਉਹਨੇ ਸਾਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਸੀਨੀਅਰ ਸਾਰੇ ਲੀਡਰズ ਉਹ ਮੇਰਾ ਸਾਰਿਆਂ ਨਾਲ تعلق ਹੈ ਮੈਂ ਰਿਕੁਐਸਟ ਕਰੂੰਗਾ ਆਓ ਤਨਵਸੀ ਲੈ ਕੇ ਜਾਣਾ ਬਸਾਂ ਦੇ ਵਿੱਚ ਬਿਠਾ ਕੇ ਲੈ ਗਏ ਜੀ ਫਿਰ ਅਸੀਂ ਮਚਲਕੇ ਭਾਰ ਕੇ ਬਾਹਰ ਆਏ ਜੀ ਮਚਲਕੇ ਅਰੈਸਟ ਤੇ ਮਚਲਕੇ ਭਾਰ ਕੇ ਆਏ ਆ ਬਾਤ ਮੈਂ ਭਗਵਨ ਸਿੰਘ ਮਾਨ ਨੂੰ ਇਹ ਕਹਿਣਾ ਚਾਹੁੰਦਾ ਬਹੁਤ ਮਾੜੀ ਪ੍ਰਥਾ ਪਾਈ ਤੁਸੀਂ ਪਰਮਾਨ ਸਾਹਿਬ ਤਾਂ ਕਹਿ ਰਹੇ ਕਿ ਤੁਸੀਂ ਸਾਧੂ ਸਿੰਘ ਧਰਮਸੋਤ ਤੌਰ ਸੰਗਤ ਸਿੰਘ ਗਿਲਜੀਆਂ ਦੇ ਬਾਰੇ ਕਹਿਣ ਆਏ ਸੀ ਔਰ ਉਹਨਾਂ ਨੇ ਕਿਹਾ ਕਿ ਕਰਪਟ ਲੋਕਾਂ ਦੀ ਸਪਾਰਸ਼ ਕਰਨਾ ਚਾਹਲਦੇ ਸੀ ਇਹਨਾਂ ਦੇ ਕਾਂਗਰਸ ਦੇ ਤਾਂ ਖੂਨ ਚ ਕਰਪਸ਼ਨ ਹੈ ਬੇਰੀ ਇੱਕ ਬੇਨਤੀ ਸੋ ਮੈਂ ਇਹਦਾ ਜਵਾਬ ਦੇਣਾ ਹੈ ਜਦੋਂ ਸਾਡੀ ਮੁਲਾਕਾਤ ਹੀ ਭਗਵੰਤ ਸਿੰਘ ਮਾਨ ਨਾਲ ਨਹੀਂ ਹੋਈ ਅਸੀਂ ਕੋਈ ਦਸਤਾਵੇਜ਼ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਭਗਵੰਤ ਸਿੰਘ ਮਾਨ ਨੂੰ ਕਿੱਥੋਂ ਆਹਮ ਹੋ ਗਿਆ ਕਿ ਅਸੀਂ ਸਾਧੂ ਸਿੰਘ ਦੀ ਮਦਦ ਜਾਂ ਗਿਲਜੀਆ ਸਾਹਿਬ ਦੀ ਮਦਦ ਵਾਸਤੇ ਮੇਰੋਂ ਦੱਸੋ ਤੇ ਸਹੀ ਤੁਹਾਡੀ ਮੇਰੀ ਮੁਲਾਕਾਤ ਨਹੀਂ ਹੋਈ ਮੈਂ ਤੁਹਾਨੂੰ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਤੁਹਾਨੂੰ ਕਿਸਾ ਪਤਾ ਸੀ ਕੰਮ ਕਿਹੜੇ ਆਏ ਆ ਨੰਬਰ 1 ਨੰਬਰ 2 ਆਪਾਂ ਕ੍ਰਪਸ਼ਨ ਤੇ ਚਲੇ ਜੀ 11 ਇਹਨਾਂ ਦੇ ਐਮਐਲਏ ਨੇ ਜਿੱਦਣ ਦੀ 3 ਮਹੀਨਿਆਂ ਦੀ ਸਰਕਾਰ 11 ਟ੍ਰੱਕ ਯੂਨੀਅਨਸ ਨੇ ਕਬਜ਼ਾ ਕਰ ਲਿਆ ਮਾਲਵੇ ਦੇ ਵਿੱਚ ਇਹਨਾਂ ਦੇ ਆਪ ਦੇ ਐਮਐਲਏ ਇੱਕ ਐਮਐਲਏ ਇਹਨਾਂ ਦਾ ਪਰਿਵਾਰ ਸਮੇਤ 3 ਸਾਲ ਕੈਦ ਹੋ ਗਿਆ 20 ਦਿਨ ਪਹਿਲੇ ਦੋ ਇਹਨਾਂ ਦੇ ਮਾਜਰੇ ਨੇ ਕਮਰਗੜ੍ਹ ਦਾ ਇੱਕ ਸਨੌਰ ਦਾ ED ਨੇ ਰੇਡ ਕੀਤੇ ਨੇ ਉਹਨਾਂ ਦੀਆਂ ਜਾਇਦਾਦਾਂ ਤੇ ਤੇ ਦੋ ਮੰਤਰੀ ਇੱਕ ਦਿੱਲੀ ਦਾ ਤੇ ਇੱਕ ਇਥੋਂ ਦਾ ਉਹ ਚੁੱਕ ਕੇ ਪੁਲਿਸ ਲੈ ਗਈ ਇਹ ਕਿ ਇਹਦੇ ਘਰੋਂ ਲੈ ਕੇ ਗਈ ਇੱਕ ਉਥੇ ED ਲੈ ਕੇ ਗਈ ਕਿਹੜੀ ਇਹਨਾਂ ਨੇ ਡ్రਾਈ ਕਲੀਨਿੰਗ ਦੀ ਮਸ਼ੀਨ ਲਾਈ ਜੀ ਕਿਹੜੀ ਡ్రਾਈਂਗਲ ਡ్రਾਈ ਕਲੀਨਿੰਗ ਦੀ ਮਸ਼ੀਨ ਹੈ ਕਿ ਤੁਹਾਡਾ ਬੰਦਾ ਫੜਿਆ ਜਾਏ ਕਰੋੜਾ ਰੁਪਈਆ ਉਹਦੇ ਕੋਲ ਨਿਕਲਣ ਤੁਸੀਂ ਕੋ ਇਹਨੂੰ ਪਦਮਾ ਪਭੂਸ਼ਣ ਦਿਓ ਜੀ ਫੇਰ ਤਾਂ ਮੈਂ ਕਿਹਾ ਸੀ ਮਾਨ ਸਾਹਿਬ ਫੇਰਾ ਜਿਹੜਾ ਤੁਹਾਡੇ ਘਰੋਂ ਫੜਿਆ ਗਿਆ ਮਾਨਸੇ ਵਾਲਾ ਇਹਨੂੰ ਪਦਮਚੇਦੀ ਦਿਵਾਓ ਤੇ 5 ਸਾਲ ਜੇ ਤੁਹਾਨੂੰ ਇਹਨਾਂ ਟੱਪਣ ਦਿੱਤੇ ਤੇ ਜੋ ਕੋਈ ਤੁਸੀਂ ਕਾਰਨਾਮੇ ਕਰਨੇ ਸਾਨੂੰ ਪਤਾ ਹੈ ਤੇ ਉਸ ਦਿਨ ਮੰਗ ਇਹਨਾਂ ਨੇ ਕਰਨੀ ਕਿ ਜੀ ਭਗਵੰਤ ਸਿੰਘ ਮਾਂ ਨੂੰ ਪਰ ਰਤਨਾ ਦੋ ਜੀ ਇਹ ਸਾਰੇ ਟਾਈਟਲ ਹੀ ਆਪਣੇ ਆਪ ਵੰਡੀ ਜਾਂਦੇ ਨੇ ਇਹ ਸਿਮਿਲਰ ਮਸ਼ੀਨ ਹੀ ਭਾਜਪੀ ਵਾਲਿਆਂ ਨੇ ਲਾਈ ਸੀ ਸਿਮਿਲਰ ਹੀ ਹੈ ਨਾ ਡ్రਾਈ ਕਲੀਨਿੰਗ ਮਸ਼ੀਨ ਲਾ ਲਈ ਇਹ ਇਹਨਾਂ ਨੂੰ ਹਰ ਬੰਦਾ ਆਪਣਾ ਸਾਫ਼ ਲੱਗਦਾ ਦੂਜਿਆਂ ਦਾ ਹਰ ਬੰਦਾ ਇਹਨੂੰ ਗ੍ਰਾਫਟ ਲੱਗਦਾ ਕਾਂਗਰਸ ਇਹ ਮਸ਼ੀਨ ਕਿਉਂ ਨਹੀਂ ਲਗਾ ਪਾਰੀ ਕਾਂਗਰਸ ਦੇ ਤਾਂ ਸਾਰੇ ਬੰਦੇ ਭੱਜੀ ਜਾ ਰਹੇ ਨਹੀਂ ਕਿਤੇ ਵੀ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲੀ ਵਾਰ ਨਹੀਂ ਹੋਇਆ ਸੱਤਰ ਚ ਗਏ ਕਈ ਵਾਰ ਗਏ ਅਕਾਲੀਆਂ ਦੇ ਕਈ ਆਏ ਮਾੜੇ ਵਕਤ ਦੇ ਵਿੱਚ ਸਾਡੇ ਕਾਲੀ ਦਲ ਚ ਗਏ ਕਾਲੀ ਦਲ ਦੇ ਸਾਡੇ ਚ ਆਏ ਇਹਨਾਂ ਦੇ ਆ 22 ਪਾਈ ਤੇ ਇਹੋ ਜਿਹੇ ਨੇ ਜਿਹੜੇ ਕਾਂਗਰਸੀ ਨੇ ਇਹਨਾਂ ਕੋ ਐਮ ਐਲ ਏ ਬਿਠੇ ਪਤਾ ਨਹੀਂ ਇਹ ਤੁਸੀਂ 6 ਮਹੀਨੇ ਖਲੋ ਉਹ ਇਹ ਕਿੰਨੇ ਘੱਟ ਕੇ ਸਾਡੇ ਕੋ ਆਣੇ ਨੇ ਜਾਂ ਕਿਤੇ ਹੋਰ ਜਾਣੇ ਨੇ ਇਹ ਜਿਹੜੇ ਗਏ ਨੇ ਸਾਡੇ ਸਾਥੀ ਜਿਹੜੇ ਗਏ ਨੇ ਕਿਉਂ ਗਏ ਦੇ ਹੈਵ ਗੋਨ ਉਥੇ ਦੇ ਨੀਡਿਡ ਪ੍ਰੋਟੈਕਸ਼ਨ ਦੇ ਹੈਵ ਗੋਨ ਫॉर ਪ੍ਰੋਟੈਕਸ਼ਨ ਫॉर ਵਾਟ ਤੁਸੀਂ ਸਮਝਦੇ ਹੋ ਹੁਣ ਕੈਮਰੇਟਮੈਨ ਤੁਹਾਨੂੰ ਸਮਝਾਉਂਦੀ ਲੋੜ ਹੈ ਤੁਸੀਂ ਦਰਸ਼ਕਾਂ ਨੂੰ ਸਮਝਾਓ ਨਹੀਂ ਨਹੀਂ ਸਾਰਾ ਕੁਝ ਸਮਝਦੇ ਨੇ ਸਾਰਾ ਕੁਝ ਦਰਸ਼ਕਾਂ ਨੂੰ ਪਤਾ ਹੈ ਇਹ ਪ੍ਰੋਟੈਕਸ਼ਨ ਵਾਸਤੇ ਗਏ ਉਹਨਾਂ ਨੂੰ ਖਤਰਾ ਹੈ ਕਿਸੇ ਚੀਜ਼ ਦਾ ਸੂਪਰ ਸਟ ਹੋਏਗਾ ਜੀ ਹੈ ਹੀ ਇਹ ਤਾਂ ਗਏ ਨੇ ਮੈਨੂੰ ਤੁਸੀਂ ਹੈਰਾਨ ਹੋਵੋਗੇ ਮੇਰੇ ਹੁਣ ਮੋਬਾਈਲ ਤੇ ਹੈ ਇੱਕ ਇਹਨਾਂ ਦਾ ਮੰਤਰੀ ਸਰਦਾਰ ਸਾਹਿਬ ਨੇ ਗੁਆੜ ਦੇ ਵਿੱਚ ਹੀ ਹਲਕਾ ਚੰਡੀਗੜ੍ਹ ਦੇ ਇਰਦਗਿਰ ਤਿੰਨ ਦਿਨ ਪਹਿਲੇ ਤੇ ਗਵਰਨਰ ਸਾਹਿਬ ਕੋ ਸਾਡੇ ਨਾਲ ਗਏ ਨੇ ਇੱਕ ਹੁਸ਼ਿਆਰਪੁਰ ਦੇ ਨੇ ਉਹ ਦੋ ਦਿਨ ਬੈਠੇ ਤੇ ਸੰਗਰੂਰ ਦੀ ਪਾਇ ਇਲੈਕਸ਼ਨ ਸਾਡੇ ਨਾਲ ਡਿਸਕਸ ਕਰਦੇ ਆਏ ਨੇ ਕੋਈ ਜਾਣ ਦਾ ਬੇਸਿਕ ਪਰਪਸ ਇਸ ਉਹਨਾਂ ਨੂੰ ਈਡੀ ਦੇ ਇਹਨਾਂ ਸਾਰਿਆਂ ਨੂੰ ਈਡੀ ਦੇ ਨੋਟਿਸ ਆ ਗਏ ਦੇ ਹੈਵ ਆਲ ਗੋਨ ਇਹਦਾ ਇਹਦਾ ਮਤਲਬ ਬਾਜਵਾ ਸਾਹਿਬ ਕਾਂਗਰਸ ਦੇ ਰਾਜ ਚ ਕੈਪਟਨ ਅਮਰਿੰਦਰ ਸਿੰਘ ਔਰ ਚੰਨੀ ਦੇ ਰਾਜ ਚ ਦੱਬ ਕੇ ਕ੍ਰਪਸ਼ਨ ਹੋਈ ਨਹੀਂ ਮੈਂ ਇਹ ਨਹੀਂ ਕਹਿੰਦਾ ਜੀ ਫਿਰ ਕਿਉਂ ਈਡੀ ਦੇ ਨੋਟਿਸ ਆ ਤੁਸੀਂ ਗੱਲ ਨਹੀਂ ਸਮਝਦੇ ਇਹ ਈਡੀ ਤੇ ਹੁਣ ਵਰਤ ਰਹੀ ਹੈ ਜੀ ਸੈਂਟਰਲ ਗਵਰਨਮੈਂਟ ਵਰਤ ਰਹੀ ਹੈ ਜਦੋਂ ਇਹਨਾਂ ਕੋ ਤੁਰ ਜਾਂਦੇ ਨੇ ਸਾਰੇ ਸਾਫ ਸੁਥਰੇ ਹੋ ਜਾਂਦੇ ਡਰਾਈ ਕਲੀਨਿੰਗ ਦੀ ਮਸ਼ੀਨ ਲਾਈਏ ਵਿੱਚੋਂ ਕੱਢ ਦੇਦੇ ਨੇ ਚਿੱਟੇ ਬਿਲਕੁਲ ਆ ਨਿਕਲਦੇ ਨੇ ਉਹ ਤਾਂ ਸਾਫ ਹੋ ਕੇ ਲੇਕਿਨ ਬਾਜਵਾ ਸਾਹਿਬ ਤੁਸੀਂ ਉਸੇ ਨੂੰ ਦਸ ਵਟ ਹੈਸ ਬੀ 1 ਮਿੰਟ ਮੇਰੀ ਇੱਕ ਮੈਂ ਤੁਹਾਨੂੰ ਇੱਕੋ ਬੇਦੀ ਕਰਨਾ ਮੈਂ ਤੁਹਾਨੂੰ ਪਹਿਲੇ ਵੀ ਗੱਲ ਕਹੀ ਆ ਜਿਹੜੇ 12 14 ਇਹਨਾਂ ਦੇ ਨੇ ਪਹਿਲੇ ਭਗਵੰਤ ਸਿੰਘ ਮਾਨ ਇਹਨਾਂ ਦਾ ਜਵਾਬ ਤੇ ਦੇ ਸਾਨੂੰ ਇਹ ਜਿਹੜੇ ਫੜੇ ਗਏ ਨੇ ਇਹ ਕੀ ਚੀਜ਼ ਨੇ ਭਾਜਪੀ ਦੇ ਕਿਨੇ ਕਾਬੂ ਆਏ ਨੇ ਹੁਣ ਜਿਹੜਾ ਜਾਂਦਾ ਲੈਂਦਾ ਕਿਹੜੇ ਰੀਜ਼ਨਸ ਕਰ ਜਾਂਦਾ ਉਹ ਤੇ ਉਹ ਜਵਾਬ ਦੇ ਸਕਦਾ ਮੈਂ ਕਿਸਤਾਂ ਦੇ ਸਕਦਾ ਸੁਨੀਲ ਜਾਖੜ ਨੇ ਐਸਾ ਕੀ ਕੀਤਾ ਸੀ ਉਹ ਤਾਂ ਕਦੀ ਪਾਵਰ ਚ ਵੀ ਨਹੀਂ ਰਿਹਾ ਫੇਰ ਕਿਉਂ ਡਰ ਗਿਆ ਸੁਨੀਲ ਜਾਖੜ ਬਾਰੇ ਲੈਸ ਸੈਟ ਦੀ ਬੈਟਰ ਉਹਨੂੰ ਇਹ ਗਲਤਫਹਿਮੀ ਪਾ ਦਿੱਤੀ ਗਈ ਕਿਸੇ ਨੇ ਕਿ ਤੁਹਾਨੂੰ 42 ਵੋਟਾਂ ਮਿਲ ਗਈਆਂ ਸੀ ਤੇ ਤੁਸੀਂ ਚੀਫ ਮਿੰਿਸਟਰ ਬਣ ਜਾਣਾ ਸੀ ਤੁਹਾਨੂੰ ਕਿਉਂਕਿ ਫॉर ਸਰਟਨ ਰੀਜ਼ਨਸ ਤੁਹਾਨੂੰ ਡਿਨਾਈ ਕਰ ਦਿੱਤਾ ਗਿਆ ਥੈਟ ਵਾਸ ਅ ਰੋਂਗ ਪਰਸੈਪਸ਼ਨ ਉਹਨੂੰ ਗਲਤਫਹਿਮੀ ਪਾਤੀ ਉਹ ਗਲਤਫਹਿਮੀ ਦਾ ਸ਼ਿਕਾਰ ਹੋ ਗਿਆ ਥੈਟ ਫਰਸਟ੍ਰੇਟਿਡ ਹਿਮ ਆਊਟ ਉਨੇ ਉਦਨ ਦੀ ਸੋਹ ਹੀ ਖਾਲੀ ਕਿ ਜੇ ਮੈਨੂੰ ਇਹਨਾਂ ਨੇ ਮੌਕਾ ਨਹੀਂ ਦਿੱਤਾ ਤੇ ਹੁਣ ਮੈਂ ਜਿਹੜਾ ਬਾਕੀ ਦੇ ਇਹ ਵੀ ਕਰਤਬਾ ਕਰਕੇ ਜਾਣੇ ਤਾਂ ਇਸੇ ਗੱਲੋਂ ਗਿਆ ਜੀ ਉਸ ਤੋਂ ਬਾਅਦ ਤਾਂ ਉਹ ਜਲੰਧਰ ਚ ਰਾਉ ਰਗਾਂ ਦੀ ਸਟੇਜਾਂ ਤੇ ਬੈਠਦੇ ਸੀ ਇਹ ਚੀਫ ਮਨਿਸਟਰ ਚੰਨੀ ਨੂੰ ਬਣਾਉਣਾ ਸੀ ਜਦੋਂ ਉਹ ਉਹ ਐਲਾਨ ਨੂੰ ਬੜਾ ਸ਼ਲਾਘਾ ਕਰ ਰਹੇ ਸੀ ਉਹ ਨਹੀਂ ਉਹ ਸ਼ਲਾਘਾ ਕਰਨ ਤੋਂ ਬਾਅਦ ਹੀ ਆ ਸਾਰਾ ਕੁਝ ਹੋਇਆ ਜੀ ਫਿਰ ਇੱਕ ਵਿਸ਼ੇਸ਼ ਬਰਾਦਰੀ ਦੇ ਖਿਲਾਫ ਇਹੋ ਜਿਹਾ ਬਿਆਨ ਦੇਣਾ ਫਿਰ ਜਾ ਕੇ ਉਹਦੀ ਮਾਫੀ ਜਿਹੜੀ ਹੈ ਨਾਲ ਦੇ ਸੂਬੇ ਚ ਕਿਤੇ ਉਹਨਾਂ ਦੀ ਕਿਸੇ ਰਿਲੀਜੀਅਸ ਥਾਮ ਤੇ ਜਾ ਕੇ ਮਾਫੀ ਮੰਗ ਕੇ ਆਣੀ ਸੋ ਦੈਟ ਸ਼ੋਅਡ देयर ਵਾਸ ਸਮਥਿੰਗ ਆ ਬੇਸਿਕਲੀ ਜਿਹੜੀ ਚੀਜ਼ ਉਹਨਾਂ ਨੂੰ ਪਿੰਚ ਕਰ ਰਹੀ ਸੀ ਪਰ 42 ਵੋਟਾਂ ਲੈ ਕੇ ਵੀ ਚਲੋ ਕਾਂਗਰਸ ਨੇ ਤਾਂ ਚੀਫ ਮਿਨਿਸਟਰ ਨਹੀਂ ਬਣਾਇਆ ਤੇ ਭਾਜਪਾ ਬਣਾ ਦੇਗੀ ਲੱਗਦਾ ਤੁਹਾਨੂੰ ਗੱਲ ਇਹਨਾਂ ਦੀ 42 ਆਣ ਗਿਆ ਤੇ ਕੋਈ ਬਣਾਏਗਾ ਜੀ ਇਹ 42 ਤੇ ਕਿੱਥੇ ਦੋ ਤੇ ਨੇ ਦੋ ਤੋਂ ਕਿਤੇ ਬਹੁਤ ਚੰਗੇ ਹਲਾ ਤਣਗੇ ਦੱਸ ਹੋ ਜਾਣਗੇ ਜੀ ਇਹ ਤੇ ਜਿਹੜੇ ਸਾਡੇ ਵੀਰ ਗਏ ਨੇ ਇਹ ਤੇ ਬੇਸਿਕਲੀ ਪ੍ਰੋਟੈਕਸ਼ਨ ਵਾਸਤੇ ਗਏ ਯੂ ਫੀਲ ਸੌਰੀ ਫਾਰ them ਹੋਰ ਵੀ ਕਈ ਉਹਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਬਸ ਇੰਨੇ ਸੀ ਮੈਂ ਇਹਦੇ ਬਾਰੇ ਜਾਣਕਾਰੀ ਰੱਖਦਾ ਮੈਂ ਮੇਰੀ ਇੰਨੀ ਭਵਿੱਖਬਾਣੀ ਕਰ ਰਹੇ ਹੋ ਆਮ ਆਦਮੀ ਪਾਰਟੀ ਲਈ ਤੇ ਕਾਂਗਰਸ ਲਈ ਵੀ ਕਰ ਦਿਓ ਮੇਰੀ ਬੇਨਤੀ ਸੁਣੋ ਮੈਂ ਤੇ 12 ਸਾਲ ਦੇ ਕਾਲੇ ਪਾਣੀ ਤੋਂ ਬਾਅਦ ਪੰਜਾਬ ਵਾਪਸ ਪਰਤੇ ਆ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਕਿਨੇ ਕਾਲੇ ਪਾਣੀ ਤੋਂ ਨੂੰ ਜਾਣਕਾਰੀ ਮੈਨੂੰ ਕਰ ਲਿਆ ਕਪਤਾਨ ਨੇ ਸੀ ਹੋਰ ਕਿਨੇ ਕਰ ਲਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਲਿਆ ਸੀ ਕੁਝ ਇਹ ਨਾ ਆ ਸਾਡੇ ਵਾਲੀਆ ਜਿਹੜੀਆਂ ਬਹੁਤ ਸਾਰੀਆਂ ਵਿਸ਼ੇਸ਼ ਲੋਕ ਨੇ ਉਹਨਾਂ ਦਾ ਰਲ ਕੇ ਕੌਨਸਪਰੇਸੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਸਟੇਟ 'ਚ ਨਹੀਂ ਐਂਟਰ ਹੋਣ ਦੇਣਾ ਇਹ ਕੈਪਟਨ ਗਿਆ ਤੇ ਮੈਂ ਵਾਪਸ ਆਇਆ ਕਾਲੇ ਪਾਣੀ ਤੋਂ ਜਿਸਾ ਗੋਰੇ ਗਏ ਤੇ ਹਿੰਦੁਸਤਾਨ ਦੇ ਜਿਹੜੇ ਫ੍ਰੀडम ਫਾਈਟ ਹੋ ਜੇਲਾਂ ਚੋਂ ਛੁੱਟੇ ਨੇ ਇਹਦਾ ਮਤਲਬ ਇਹ ਹੈ ਕਿ ਅਗਰ ਕੈਪਟਨ ਸਾਹਿਬ ਹੁਣ ਵੀ ਹੁੰਦੇ ਪੰਜਾਬ ਦੀ ਪੋਲਿਟਿਕਸ 'ਚ ਤਾਂ ਤੁਹਾਡੀ ਵਾਪਸੀ ਨਹੀਂ ਹੋਣ ਦੇਣੀ ਸੀ ਕਿੱਥੇ ਹੁੰਦੇਣੀ ਸੀ ਇਹਨਾਂ ਨੇ ਇਹਨਾਂ ਨੇ ਮੈਨੂੰ ਉੱਥੋਂ ਐਂਡ ਬੈਂਡ ਨਿਕੋਬਾਰ ਤੋਂ ਕਹੇ ਹੋਰ ਆਈਲੈਂਡ ਤੇ ਕੱਲਾ ਸੀ ਗਾਹ ਨੂੰ ਜੀ ਪਛਾਣ ਨੂੰ ਕਿੱਥੇ ਆਂ ਦੇਣਾ ਸੀ ਇਹ ਗੱਲ ਮੈਂ ਤੁਹਾਡੇ ਤੋਂ ਇਸ ਕਰਕੇ ਪੁੱਛੀ ਕਿ ਮੈਂ ਵੀ ਜਾਣਦਾ ਜਦੋਂ ਤੁਸੀਂ ਪ੍ਰਧਾਨ ਬਣੇ ਸਾਰਾ ਪੰਜਾਬ ਜਾਣਦਾ ਹੈ ਦੁਨੀਆ ਜਾਣਦੀ ਹੈ ਕੈਪਟਨ ਸਾਹਿਬ ਨੇ ਆਪਣੀ ਬਾਹ ਲਾਤੀ ਸੀ ਤੁਹਾਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਔਰ ਤਰ੍ਹਾਂ ਤਰ੍ਹਾਂ ਦੀਆਂ ਚਿੱਠੀਆਂ ਵੀ ਤੁਹਾਡੇ ਬਾਰੇ ਹਾਈ ਕਮਾਂਡ ਨੂੰ ਲਿਖੀਆਂ ਹਾਂ ਜੀ ਪਰ ਜਦੋਂ ਕੈਪਟਨ ਨੂੰ ਹਟਾਉਣ ਦੀ ਵਾਰੀ ਆਈ ਸੀ ਤੇ ਤੁਸੀਂ ਕੈਪਟਨ ਦੀ ਬਾਹ ਫੜ ਲਈ ਉਹ ਕੀ ਵਜ੍ਹਾ ਸੀ ਨਹੀਂ ਦੇ ਵਾਸ ਸਰਟਨ ਰੀਜਨਸ ਫॉर ਇਟ ਦੇ ਵਾਸ ਸਰਟਨ ਨਹੀਂ ਦੇ ਵਾਸ ਸਰਟਨ ਰੀਜਨਸ ਦੇ ਵਾਸ ਸਮ ਰੋਂਗ ਡਿਸੀਜਨਸ ਵਿਚ ਵਰ ਬੀਇੰਗ ਟੇਕਨ ਵਿਚ ਹਰਟ ਮੀ ਆਲਸੋ ਮੈਂ ਵੇਖੋ ਸਿੱਧੇ ਤੌਰ ਇਹ ਪੁਰਾਣੇ ਵਕਤ ਤੋਂ ਕਹਿੰਦਾ ਆ ਮੇਰੀਆਂ ਪੁਰਾਣੀ ਇੰਟਰਵਿਊਜ਼ ਤੁਹਾਡੇ ਨਾਲ ਵੀ ਹੋਈਆਂ ਸਾਰੇ ਟੌਪ ਜਰਨਲਿਸਟ ਨਾਲ ਹੋਈਆਂ ਮੈਂ ਇੱਕੋ ਗੱਲ ਕਹੀ ਹੈ ਕਿਸੇ ਪੋਲਿਟਿਕਲ ਜਮਾਤ ਨੂੰ ਕਾਮਯਾਬ ਹੋਣ ਵਾਸਤੇ किस मिलिट्री फोर किसी आर्म्ड फोर्सेस पैरा फोर्सेस कामयाब होने वाला तीन इंग्रेडिएंट्स बहुत जरूरी नंबर वन जरूरी है लॉयल्टी टुवर्ड्स दैट ऑर्गेनाइजेशन भावें पॉलिटिकल पार्टी होए भावें पैरा फोर्सेस फोर्स हो भावें आर्मड फोर्स हो नंबर टू है सन्योरिटी हमें बड़ी बार एक गल कही कि जो तीन किसलू जनरल बनाते हो फिर कभी कामयाबी नहीं डिसेंशन शुरू होगी तीसरी केपेबिलटी किसी डरबी द रेस केसी खर दड़ाओगे ਤੋਹੀ ਆਲੋਏਗਾ ਜਿਹੜਾ ਸਾਡਾ ਹੋਇਆ ਸੀ ਤੁਸੀਂ ਦੜਾਈ ਸੀ ਖੱਤਰ ਯਾਨੀ ਕਾਂਗਰਸ ਨੇ ਕੁਝ ਦੜਾਈ ਸੀ ਤੇ ਸਿਰ ਪਰਨੇ ਹੋਏ ਇੱਥੇ ਕੋਈ ਦੋਰ ਆਏ ਨਹੀਂ ਯੋ ਆਸਕੇ ਨੂੰ ਬੰਦੇ ਨਾ ਮੈਂ ਕੁਝ ਨਹੀਂ ਕਹਿਣਾ ਇਸ ਤੋਂ ਜੇ ਆਪਾਂ ਤੁਸੀਂ ਆਪਣੇ ਸਵਾਲ ਦੇ ਜਵਾਬ ਲੋਕ ਵੀ ਸਮਝਦੇ ਰਹੇ ਤੇ ਤੁਸੀਂ ਵੀ ਸਮਝਦੇ ਹੋ ਨਾ ਨਹੀਂ ਮੈਂ ਲੈਣਾ ਜਦੋਂ ਥੋਰੋ ਬ੍ਰੈਡ ਘੋੜੇ ਤੁਹਾਡੇ ਕੋਲ ਸਨ ਜਿਹੜੇ ਹਰੇਸ਼ ਜਿੱਤ ਸਕਦੇ ਸੀ ਦਰਬੀ ਦੀ ਉਹਦੇ ਵਿੱਚ ਜਦੋਂ ਤੁਸੀਂ ਦੇਸੀ ਖਚਰਾ ਭਜਾਉਗੇ ਉਹੀ ਹਾਲ ਕਾਂਗਰਸ ਦਾ ਫੇਰ ਹੋਇਆ ਨਤੀਜਾ ਚਾੜਦਾ ਸਾਡੀ ਸਾਹਿਬਾ ਜੀ ਤੁਸੀਂ ਦਿੱਲੀ ਸੀ ਤੁਸੀਂ ਰੇਸ ਕੋਰਸ 'ਚ ਜਦੋਂ ਜਿਹੜਾ ਵੀ ਮੈਂ ਤੇ ਨਾਮ ਲੈ ਕੇ ਗਿਆ ਨਾ ਜਦੋਂ ਰਾਹੁਲ ਗਾਂਧੀ ਖਚਰਾ ਭਜਾਉਣ ਲੱਗੇ ਸੀ ਤੇ ਤੁਸੀਂ ਉਹਨਾਂ ਦੀ ਵਾਂ ਕਿਉਂ ਨਹੀਂ ਫੜੀ ਤੁਹਾਨੂੰ ਰਾਜ ਸਭਾ ਤੇ ਉਹੀ ਲੈ ਕੇ ਗਏ ਜੀ ਮੇਰੀ ਇੱਕ ਬੇਨਤੀ ਸੁਣ ਲਓ ਗੱਲ ਐਸ ਤਰ੍ਹਾਂ ਹੋ ਸਕਦਾ ਤੁਸੀਂ ਉਹ ਜਿਹੜੀ ਗੱਲ ਦਾ ਮੈਨੂੰ ਸਵਾਲ ਪੁੱਛਿਆ ਉਹਦਾ ਹੀ ਜਵਾਬ ਸੀ ਕਿ ਜਦੋਂ ਕੋ ਗਲਤ ਫੈਸਲੇ ਹੋਣ ਲੱਗੇ ਸੀ ਵੀ ਡਿਡ ਟ੍ਰਾਈ ਕਿ ਲੈਟਸ ਪੁੱਟ ਦੀ ਹਾਊਸ ਇਨ ਆਰਡਰ ਯੂ ਹੈਵ ਟੂ ਫਾਈਂਡ ਅ ਨੈਚਰਲ ਸਸੈਸਰ ਟੂ ਕੈਪਟਨ ਜਿਹੜਾ ਸੀਨੀਅਰ ਸੀਨੀਅਰ ਮੋਸਟ ਹੈ ਜਿਹੜਾ ਸਾਰਿਆਂ ਨਾਲ ਲਾਇਲ ਹੈ ਜਿਹਦੇ ਚ ਕੈਪੈਸਿਟੀ ਐਂਡ ਕੈਪੇਬਿਲਿਟੀ ਹੈ ਹੂ ਹਸ ਰਿਮੇਨਡ ਵਿ ਸੋ ਮਨੀ ਚੀਫ ਮਿਨਿਸਟਰਸ ਹੂ ਹਸ ਬੀਨ ਅ ਮੈਂਬਰ ਆਫ 올 ਦੀ ਹਾਊਸਸ ਵੈਨ ਯੂ ਹੈਵ ਦੋਸ ਕਾਈਂਡ ਆਫ ਪੀਪਲ ਐਂਡ ਯੂ ਵਾਂਟ ਟੂ ਬ੍ਰਿੰਗ ਅ ਫਰੈਸ਼ ਪੀਪਲ ਯੂ ਹੈਵ ਸੀਨ ði ਰਿਜ਼ਲਟਸ ਬਿਫੋਰ ਤੁਹਾਨੂੰ ਇਹ ਉਮੀਦ ਸੀ ਕਿ ਕੈਪਟਨ ਸਾਹਿਬ ਜਿਹੜੇ ਸਾਰੀ ਉਮਰ ਤੁਹਾਨੂੰ ਪ੍ਰਧਾਨ ਪਸੰਦ ਨਹੀਂ ਕਰਦੇ ਰਹੇ ਕਾਲੀ ਪਾਣੀ ਭੇਜਦੇ ਰਹੇ ਉਹ ਤੁਹਾਨੂੰ ਪੰਜਾਬ ਚ ਸੈਟਲ ਹੋਣ ਲਈ ਤੁਹਾਡੀ ਮਦਦ ਕਰਨਗੇ ਤੁਹਾਨੂੰ ਹੋਪ ਸੀ ਨਹੀਂ ਹੋਪ ਨਾ ਵੀ ਉਹ ਪਾਰਟੀ ਤੇ ਗਏ ਜਦੋਂ ਕੋਈ ਤੁਸੀਂ ਵੇਖਦੇ ਹੋ ਪਰਿਵਾਰਾਂ ਦੇ ਵਿੱਚ ਵੀ ਜੋ ਬਹੁਤ ਵੱਡਾ ਸੰਕਟ ਆਂਦਾ ਹੈ ਤੋਂ ਵੱਡੇ ਦੇ ਵੱਡੇ ਪਰਿਵਾਰਾਂ ਦੇ ਵਿੱਚ ਮੈਂਬਰ ਜਿਨ੍ਹਾਂ ਨਾਲ ਤੁਹਾਡਾ ਕੋਈ ਇੱਕ ਦੂਜੇ ਦਾ ਬਾਪ ਤੇ ਕਿਸੇ ਨੇ ਮਾਰਿਆ ਨਹੀਂ ਸੀ ਸਾਡੇ ਜੇ ਮਤ ਪੇਚ ਸੀ ਪੋਲਿਟੀਕਲ ਮਤ ਪੇਚ ਸੀ ਉਸ ਟਾਈਮ ਅਸੀਂ ਸੋਚਿਆ ਕਿ ਜੇ ਅਸੀਂ ਦੋਨੋਂ ਜਾਣੇ ਇਕੱਠੇ ਹੋ ਜੀ ਇਹ ਹੋ ਸਕਦਾ ਹੈ ਜਿਹੜਾ ਕੋਈ ਫੈਸਲਾ ਇਸ ਟਾਈਮ ਲਿਆ ਜਾ ਰਿਹਾ ਇਹਨੂੰ ਰੋਕੀਏ ਸੋ ਥੈਟ ਜੇਡੀ ਟ੍ਰੇਨ ਡੀਰੀਲ ਨਾ ਕਿਤੇ ਹੋ ਜਾਏ ਆਲਟੀਮੇਟਲੀ ਹੋਈ ਉਹ ਚੰਨੀ ਨੂੰ ਬਣਾਉਣ ਦੀ ਬਜਾਏ ਤੁਸੀਂ ਚਾਹੁੰਦੇ ਸੀ ਕਿ ਕੈਪਟਨ ਸਾਹਿਬ ਹੀ ਰਹਿ ਜਾਣ ਜਾਂ ਫਿਰ ਤੁਹਾਨੂੰ ਬਣਾਇਆ ਜਾਵੇ ਨਹੀਂ ਨਹੀਂ ਮੈਂ ਕਪਤਾਨ ਦੇ ਹੱਕੇ ਤੇ ਮੈਂ ਕਦੀ ਵੀ ਨਹੀਂ ਸੀ ਕਪਤਾਨ ਜਾ ਰਿਹਾ ਸੀ ਕਪਤਨ ਨੂੰ ਵੀ ਪਤਾ ਸੀ ਕੈਪਟਨ ਤੁਹਾਡੇ ਹੱਕ 'ਚ ਸੀ ਕਹਿੰਦਾ ਸੀ ਜੀ ਮੁਲਾਕਾਤ ਕਿਹੜੀ ਗੱਲਾਂ ਹੋਈ ਜੀ ਮੁਲਾਕਾਤ ਇੱਸੀ ਗੱਲਾਂ ਹੀ ਹੋਈ ਜਿਸ ਸਾਹ ਜਨਰਲ ਨਿਆਜ਼ੀ ਨੇ ਜਨਰਲ ਰੋੜੇ ਸਾਹਮਣੇ ਹਥਿਆਰ ਛੁੱਟੇ ਸੀ ਤੇ ਅਖੀਰ ਤੁਸੀਂ ਹਥਿਆਰ ਉਹਦੇ ਐਕਸੈਪਟ ਕੀਤੇ ਨਾ ਤੇ ਕੈਪਟਨ ਸਾਹਿਬ ਨੇ ਹਥਿਆਰ ਛੁੱਟੇ ਔਰ ਤੁਹਾਡੇ ਤੁਹਾਨੂੰ ਚੀਫ ਮਨਿਸਟਰ ਬਣਾਉਣ 'ਚ ਉਹਨਾਂ ਨੂੰ ਇਤਰਾਜ਼ ਨਹੀਂ ਸੀ ਮੈਨੂੰ ਮੈਨੂੰ ਚੀਫ ਮਨਿਸਟਰ ਦੇ ਨੀ ਸਿੱਗੇ ਸਿੱਗੇ ਉਹਨੇ ਜੇ ਉਹਦੀ ਟਵੀਟ ਪੜੋ ਉਹਦਨ ਦੀ ਰਵੀਨ ਠੁਕਰਾਲ ਦੀ ਕੀ ਕਹਿੰਦੀ ਹੈ ਉਹਦਾ ਟਵੀਟ ਕੱਢ ਲਓ ਤੇ ਆਪੇ ਪਤਾ ਲੱਗ ਜੇਗਾ ਅਗਲੇ ਦਿਨ ਸਾਰੇ ਐਮਪੀਜ਼ ਰਾਜ ਸਭਾ ਐਂ ਲੋਕ ਸਭਾ ਤੇ ਮੇਰੇ ਘਰ ਮਿਲੇ ਫਿਰ ਪ੍ਰਤਾਪ ਸਿੰਘ ਬਾਜਵਾ ਕਿਉਂ ਨਹੀਂ ਬਣ ਪਾਏ ਨਹੀਂ ਪਣ ਪਏ ਤੇ ਪਾਰਟੀ ਦੇ ਸਾਹਮਣੇ ਹੀ ਨੇ ਫੈਸਲੇ ਜੀ ਜੇ ਬਣ ਪਾਂਦੇ ਤੇ ਸ਼ਾਇਦ ਇਹ ਰਿਜ਼ਲਟ ਨਾ ਹੁੰਦਾ ਜੀ ਜਿਹੜਾ ਹੁਣ ਹੋਇਆ ਜਿਹੜੀ ਗੱਲ ਤੇ ਮੈਂ ਤੁਹਾਨੂੰ ਜਵਾਬ ਦੇ ਰਿਹਾ ਕਾਂਗਰਸ ਦੀ ਜੋ ਹਾਲਤ ਹੋਈ ਹੈ ਜੋ ਇਹ ਐਕਸਪੈਰੀਮੈਂਟ ਕੀਤਾ ਗਿਆ ਚਰਨਜੀਤ ਸਿੰਘ ਚੰਨੀ ਨੂੰ 3 ਮਹੀਨੇ ਲਈ ਬਣਾਇਆ ਗਿਆ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦੀ ਸਭ ਤੋਂ ਵੱਡੀ ਗਲਤੀ ਔਰ ਪੋਲਸੀ ਰਾਹੁਲ ਗਾਂਧੀ ਦੀ ਹੈ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ ਜੋ ਮੈਂ ਤੁਹਾਨੂੰ ਗੱਲ ਕਹਿਤੀ ਇਸ ਤੋਂ ਵੱਧ ਕੀ ਮੈਂ ਤੁਹਾਨੂੰ ਕਹਾਂ ਪਰ ਚੰਨੀ ਸਾਹਿਬ ਹੈ ਕਿੱਥੇ ਅੱਜਕੱਲ ਮੈਨੂੰ ਕੀ ਪਤਾ ਜੀ ਮੈਂ ਕਿਹੜਾ ਉਹਨਾਂ ਦਾ ਓਐਸਡੀ ਰਿਆਂ ਜੀ ਨਹੀਂ ਤੁਸੀਂ ਵਿਰੋਧੀ ਧਿਰ ਦੇ ਲੀਡਰ ਹੋ ਇੱਕ ਪੁਰਾਣਾ ਕਾਂਗਰਸ ਦਾ ਸਾਬਕਾ ਸੀਐਮ ਐਮਐਲਏ ਹੁੰਦੇ ਸੀ ਐਲਪੀ ਦਾ ਮੈਂ ਲੀਡ ਨਾ ਫੇਰ ਤੇ ਮੈਨੂੰ ਪਤਾ ਹੁੰਦਾ ਹੁਣ ਉਹ ਐਮਐਲਏ ਹੈ ਹੀ ਨਹੀਂ ਨੇ ਸਾਰੇ ਸਾਬਕਾ ਸੀਐਮ ਹੈ ਚੰਨੀ ਸਾਹਿਬ ਦਾ ਨਾ ਕੋਈ ਟਵੀਟ ਆਉਂਦਾ ਨਾ ਹੁਣ ਕਿਥੇ ਉਹ ਸ਼ਗਨ ਪਾਣ ਜਾਂਦੇ ਆ ਨਾ ਉਹ ਕਿਥੇ ਹੌਕੀ ਖੇਡਣ ਜਾਂਦੇ ਆ ਨਾ ਤਾਸ਼ ਖੇਡਣ ਜਾਂਦੇ ਆ ਨਾ ਕਿਸੇ ਢਾਬੇ ਤੇ ਤੜਕਾ ਲਾਉਂਦੇ ਆ ਨਾ ਰਿਕਸ਼ਾ ਚਲਾਉਂਦੇ ਆ ਤੇ ਆਪੇ ਵਿਰੋਧੀ ਧਿਰ ਦੇ ਲੀਡਰ ਦਾ ਤੇ ਪ੍ਰਧਾਨ ਦਾ ਇਹ ਫਰਜ ਬਣਦਾ ਹੈ ਕਿ ਲੱਭੋ ਤਾਂ ਸਹੀ ਚੰਗੇ ਮਾੜੇ ਚ ਹੈ ਕਿਥੇ ਬੰਦਾ ਹੋ ਸਕਦਾ ਕਿਥੇ ਚੈਸ ਖੇਡਦੇ ਹੋਣ ਕਾਦੀ ਚੈਸ ਹਾਂ ਜਿਹੜੀ ਆਈ ਹੈ ਗੋਟੀਆਂ ਹੀ ਹੁੰਦੀਆਂ ਨੇ ਫਿੱਟ ਕਰਨ ਵਾਲੀਆਂ ਸਿਆਸਤ ਦੇ ਵਿੱਚ ਕੋਈ ਨਾ ਕੋਈ ਗੋਟੀ ਫਿੱਟ ਕਰਦੀ ਹੋਣ ਕਿ ਕਿਤੇ ਬੈਠੇ ਕਿਉਂਕਿ ਜੇ ਇੱਕ ਸਾਬਕਾ ਸੀਐਮ ਕਿਤੇ ਖੜਾ ਹੋਏ ਤਾਂ ਵਿਰੋਧੀ ਧਿਰ ਹੋਰ ਮਜ਼ਬੂਤ ਹੁੰਦੀ ਹੈ ਪਰ ਮੈਂ ਕਿਤੇ ਖੜੇ ਦੇਖੇ ਨਹੀਂ ਉਹ ਜਦੋਂ ਤੋਂ ਚੋਣ ਹਾਰੇ ਮੈਨੂੰ ਵੀ ਇਹ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਹੈ ਇਹਦੇ ਵੱਲ ਮੈਂ ਵੀ ਹੁਣ ਮੈਂ ਬਹੁਤਾ ਪਹਿਲੇ ਤੇ ਧਿਆਨ ਨਹੀਂ ਕੀਤਾ ਹੁਣ ਮੈਂ ਵੀ ਕੋਸ਼ਿਸ਼ ਕਰਾਂਗਾ ਲੱਭਣ ਦੀ ਕਿ ਕਿੱਥੇ ਨੇ ਕਿਤੇ ਉਹਨਾਂ ਨੂੰ ਵੀ ਈਡੀ ਦਾ ਨੋਟਿਸ ਆਇਆ ਹੈ ਤੇ ਵਾਸ਼ਿੰਗ ਮਸ਼ੀਨ ਵਾਲ ਤਾਂ ਨਹੀਂ ਜਾਣ ਰਹੇ ਇਸ ਗੱਲ ਦਾ ਇਲਮ ਨਹੀਂ ਈਡੀ ਵਿੱਚ ਮੇਰੀ ਕੋਈ ਰਿਸ਼ਤੇਦਾਰੀ ਹੈ ਨਹੀਂ ਨਹੀਂ ਪਰ ਬਾਕੀ ਸਭ ਚੀਜ਼ਾਂ ਤੁਹਾਨੂੰ ਪਤਾ ਹੈ ਚੰਨੀ ਸਾਹਿਬ ਦੀ ਇਹ ਪੌਂਟ ਆਉਂਦੀ ਹੈ ਤਾਂ ਤੁਹਾਨੂੰ ਪਤਾ ਨਹੀਂ ਹੁੰਦਾ ਮੈਨੂੰ ਉਹਨਾਂ ਬਾਰੇ ਕੋਬੋਤੀ ਜਾਣਕਾਰੀ ਨਹੀਂ ਉਹਨਾਂ ਦੇ ਭਾਂਜੇ ਨੂੰ ਈਡੀ ਨੇ ਅਰੈਸਟ ਕੀਤਾ ਹੈ ਇਹ ਵੀ ਪਤਾ ਹੋਏਗਾ ਪਿਛਲੇ ਹਫਤੇ ਉਹਦੇ ਭਾਂਜੇ ਦਾ ਦੋਸਤ ਵੀ ਫੜਿਆ ਗਿਆ ਬਿਲਕੁਲ ਬਿਲਕੁਲ ਸਹੀ ਹੈ ਗੱਲ ਤੁਹਾਡੀ ਬਟ ਆਈ ਹੈਵ ਨੋ ਨੋਲੇਜ ਆਈ ਕਿਉਂਕਿ ਮੇਰਾ ਜਿਹੜਾ ਦਾ ਜਿਹੜੇ ਇਲੈਕਟਿਡ ਐਮਐਲਏਜ਼ ਨੇ ਪ੍ਰਧਾਨ ਜਿਹੜੇ ਹੁੰਦੇ ਨੇ ਕਾਂਗਰਸ ਦੇ ਉਹਨਾਂ ਦਾ ਧਾਰਾ ਇਹ ਹੈ ਜਿਹੜਾ ਤੁਸੀਂ ਸਵਾਲ ਮੈਨੂੰ ਕੀਤਾ ਹਾਂ ਉਸ ਦਿਨ ਲੇਕਿਨ ਵਿਰੋਧੀ ਧਿਰ ਦਾ ਲੀਡਰ ਤੇ ਪ੍ਰਧਾਨ ਤਾਂ ਇੱਕ ਪੇਜ ਤੇ ਕੰਮ ਕਰਦੇ ਆ ਨਾ ਇਹ ਆਪਣੇ ਪੁਰਾਣੇ ਲੀਡਰ ਤਾਲੇ ਵੀ ਔਰ ਆਪਣਾ ਫਾਰਮਰ ਸੀਐਮ ਹੀ ਪਤਾ ਨਹੀਂ ਕਿੱਥੇ ਮੈਨੂੰ ਪਤਾ ਲੱਗਿਆ ਵਿਦੇਸ਼ ਚ ਨੇ ਕਿਤੇ ਅੱਛਾ ਵਿਦੇਸ਼ ਚ ਮੈਨੂੰ ਪਤਾ ਲੱਗਿਆ ਪਰ ਇਹ ਇਸ ਗੱਲ ਦਾ ਮੈਨੂੰ ਇਲਮ ਨਹੀਂ ਸਵਾਲ ਇਹ ਸੀਗਾ ਕਿ ਤੁਸੀਂ ਕਿਹਾ ਕਿ ਇੱਕ ਕਾਂਗਰਸ ਦੇ ਲੀਡਰ ਨੂੰ threat आई है क्या ਉਹਨਾਂ ਦੀ ਸੁਰੱਖਿਆ ਦਾ ਇੰਤਜ਼ਾਮ ਹੋਇਆ ਜਾਂ ਨਹੀਂ ਹੋਇਆ ਤੁਸੀਂ ਨਾਮ ਦੱਸਣਾ ਚਾਹੋਗੇ ਜਾਂ ਨਹੀਂ ਨਹੀਂ ਮੈਂ ਨਾਮ ਨਹੀਂ ਦੱਸਣਾ ਚਾਹਾਂਗਾ ਬਿਕਾਜ਼ ਉਹਨਾਂ ਨੇ ਮੈਨੂੰ ਰੋਕਿਆ ਕਿ ਜੀ ਦੱਸਿਓ ਉਹਨਾਂ ਦਾ ਪੁਖਤਾ ਜਿਹੜਾ ਪ੍ਰਬੰਧ ਹੋਣਾ ਚਾਹੀਦਾ ਸੀ ਨਹੀਂ ਹੋਇਆ ਮੈਂ ਅੱਜ ਵੀ ਤਾਂ ਕਹਿ ਰਿਹਾ that was one of a very and he is a very very important man assi innu mill kide gallo kahe we have gone because of this our families have already suffered not one ohnu je banda ji minister utthe karo hoke 15 foot te baithe hoke 45 minute bitaake magar oh kehde ke hun main tuhanu kal milanga ji tu e cheeza si eh more there was nothing else sangrur by election di gall kariye ta congress apne aap nu kithe khada mehsoos kar rahi hai vekho ik main tuhanu dassa 3 din main laake aaya hun vi main is time malir hotel to sidha ਤੁਹਾਡੇ ਨਾਲ ਗੁਫ਼ਤਗੂ ਕਰਨ ਵਾਸਤੇ ਹੈ बिकॉज इट इज ਇੰਪੋਰਟੈਂਟ ਲੋਕਾਂ ਨੂੰ ਤੁਹਾਡਾ ਵਿਊ ਪੁਆਇੰਟ ਜਾਣਨਾ ਚਾਹੀਦਾ ਆਪਦੇ ਹਾਲਾਤ ਤੇ ਮਾਰੇ ਆਮ ਪਾਰਟੀ ਦੇ ਹਾਲਾਤ ਮਾਰੇ ਨੇ ਜੋ ਕੁਝ ਹੋਣਾ ਡਰਾਮਾ ਇਹਨਾਂ ਦੇਣਾ ਚ ਕੀਤਾ ਜਾ ਰਿਹਾ ਇਹ ਬੇਸਿਕਲੀ ਇਹ ਆਪਣੇ ਜਿਹੜੇ ਡਿੱਗੇ ਹੋਏ ਇਹਨਾਂ ਦੇ ਸਿੱਧੂ ਮੂਸੇਵਾਲੇ ਤੋਂ ਬਾਅਦ ਤੁਸੀਂ ਵੇਖੋ ਕਿ ਇਹ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਿ ਮੈਨੂੰ ਇੱਕ ਵਾਰ ਜੀਬ ਮੰਤਰੀ ਬਣਾਓ ਮੈਂ ਪੰਜਾਬ ਦੀਆਂ ਸੱਥਾਂ ਵਿੱਚ ਵਿਦਾਊਟ ਸਕਿਉਰਟੀ ਆਇਆ ਕਰੂੰ ਤੇ ਮੂਸੇਵਾਲਾ ਸਾਹਿਬ ਦੇ ਘਰ ਅਫਸੋਸ ਕਰਨ ਵਾਸਤੇ 3000 ਪੁਲਿਸ ਵਾਲਾ 3000 ਪੁਲਿਸ ਵਾਲਾ ਉਥੇ ਛੌਣੀ ਬੰਦ ਤੀ ਜਾਣ ਵਾਸਤੇ ਥੋ ਯੂ ਕੈਨ ਵੈਲ ਇਮੇਜਿਨ ਕਿ ਅੱਜ ਹਾਲਾਤ ਕੀ ਨੇ ਉਹ ਤਾਂ ਕਹਿੰਦੇ ਕਾਂਗਰਸ ਵਿਰੋਧ ਕਰਾਦੀ ਸੀ ਕਿਉਂਕਿ ਉਹ ਉਹਨਾਂ ਦੇ ਲੀਡਰ ਸਨ ਇਸ ਕਰਕੇ ਕਹਿੰਦੇ ਅਸੀਂ ਫਿਰ ਵਿਰੋਧ ਹੋਇਆ ਉਹਦਾ ਜਦੋਂ ਗਿਆ ਜੀ ਆਪਣਾ ਨਾ ਨਾ ਕੁਲਵੀਰ ਜੀ ਰਾਂ ਅੰਦਰ ਬੈਠੇ ਸੀ ਤੁਸੀਂ ਉਹ ਕਾਂਗਰਸੀਆਂ ਤੋਂ ਨਾਰੇ ਲੋ ਤੁਸੀਂ ਫੇਰੀ ਗੱਲ ਸੁਣ ਲਓ ਦਿਲ ਦੇ ਵਿੱਚ ਕੋਈ ਬੇਈਮਾਨੀ ਸੀ ਕੋਈ ਢੁੜਕਦਾ ਸੀ ਕਲੈਰਿਟੀ ਆਫ ਮਾਈਂਡ ਨਹੀਂ ਸੀ ਕਿਤਨਾ ਕਿਤੇ ਕੋਈ ਕਮੀ ਪੇਸ਼ੀ ਸੀ ਉਹਨੂੰ ਚੁੱਪ ਦੀ ਸੀ ਇਹ ਗੱਲ ਕਿ ਮੈਨੂੰ ਕਨਫਰੰਟ ਮੈਂ ਕਿਸ ਨਜ਼ਰਾਂ ਦੇ ਨਾਲ ਉਹਨਾਂ ਦੇ ਫਾਦਰ ਨੂੰ ਤੇ ਉਹਨਾਂ ਨੂੰ ਮਦਰ ਨੂੰ ਮਿਲਾਂ। ਕਾਂਗਰਸੀਆਂ ਤੇ ਕੋਈ ਖਤਰਾ ਕਿਸੇ ਚੀਫ ਮਿਨਿਸਟਰ ਨੂੰ ਕਿਸੇ ਕਾਂਗਰਸੀ ਤੋਂ ਜਾਂ ਅਕਾਲੀ ਤੋਂ ਜਾਂ ਕਿਸੇ ਸਿਵਲਿਅਨ ਤੋਂ ਖਤਰਾ ਨਹੀਂ ਹੁੰਦਾ। ਦੇ ਹੈਵ ਸੋ ਮੱਚ ਆਫ ਫੋਰਸਸ ਕੋਈ ਬੰਦਾ ਕਿਸੇ ਗੱਲ ਨਹੀਂ ਪੈ ਸਕਦਾ। ਸੋ ਇਹ ਸਾਰਾ ਬਕਵਾਸ ਆਪਣਾ ਜਿਹੜਾ ਗਿਲਟੀ ਕੌਂਸ਼ੀਅਸ ਹੀ ਨੇਵਰ ਹੈਡ ਦੀ ਕੌਨਫੀਡੈਂਸ ਟੂ ਫੇਸ ਥੈ ਹੀ ਟ੍ਰਾਈਡ ਹਿਸ ਲੈਵਲ ਬੈਸਟ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਨਾ ਜਾਵਾਂ ਇੰਨਾ ਜ਼ਿਆਦਾ ਵਰਲਡ ਓਵਰ ਪ੍ਰੈਸ਼ਰ ਸੀ ਪੰਜਾਬੀਆਂ ਤੇ ਭਗਵੰਤ ਸਿੰਘ ਮਾਨ ਦੇ ਮਜਬੂਰੀ ਜਾਣਾ ਪੈ ਗਿਆ ਤੋ ਇਹ ਸਾਡਾ ਰੀਜ਼ਨ ਸੀ ਲੇਕਿਨ ਅੱਜ ਮੈਂ ਤੁਹਾਨੂੰ ਇੱਕ ਕਲੀਅਰ ਕਟ ਕਹਿਣਾ ਚਾਹਨਾ ਆਪ ਇਸ ਲੂਜ਼ਿੰਗ ਥੈਟ ਸੀਟ ਉਹ ਕਿੱਧਰ ਜਾਂਦੀ ਆਇ ਕਾਂਸੇ ਪੀਪਲ ਆਰ ਮੇਕਿੰਗ ਅਪ ਥੇਅਰ ਮਾਈਂਡ ਕਿ ਇਹਨੂੰ ਵੋਟ ਪਾਣੇ ਲੇਕਿਨ ਆਪ ਨੋ ਨਹੀਂ ਪਾਰੇ ਨਹੀਂ ਦਲੇਵਿਰ ਗੋਲਟੀ ਤੁਰੀ ਤੋਂ ਐਮਐਲਏ ਦੀ ਚੋਣ ਲੜੇ 50000 ਵੋਟਾਂ ਤੋਂ ਭਗਵੰਤ ਮਾਨ ਤੋਂ ਹਾਰੇ ਤੇ ਕਿਸ ਤਰ੍ਹਾਂ ਉਹ ਕੈਂਡੀਡੇਟ 9 10 ਕੰਸਟੀਚੂਐਂਸੀਆਂ ਚ ਵੋਟ ਲੈ ਕੇ ਵਿਨਿੰਗ ਕੈਂਡੀਡੇਟ ਹੋ ਜਾਏਗਾ ਇਹ ਤੁਹਾਨੂੰ ਲੱਗਦਾ ਇਜ਼ ਇਟ ਪੋਸੀਬਲ 100% ਪੋਸੀਬਲ ਹੈ ਜੀ ਜਿਹੜੇ ਪਿਛਲੀ ਵਾਰ ਜਦੋਂ ਪਹਿਲੀ ਵਾਰ ਇਹ 5 ਸੀਟਾਂ ਜਿੱਤੀ ਆਪ ਕਿਸੇ ਨੇ ਨਾਮ ਹੀ ਕੈਂਡੀਡੇਟ ਦਾ ਨਹੀਂ ਸੀ ਸੁਣਿਆ ਮੈਨੂੰ ਇੱਕ ਫਤੇਗੜ ਸਾਹਿਬ ਤੋਂ ਇਹਨਾਂ ਦੇ ਕੈਂਡੀਡੇਟ ਨੇ ਉਹ ਸਹਰਿੰਦਰ ਸਿੰਘ ਖਾਲਸਾ ਉਹ ਜਿੱਤੇ ਤੇ ਸਾਡੇ ਨਾਲ ਸਨ ਉਹ ਲੋਕ ਸਭਾ ਦੇ ਵਿੱਚ ਮੈਨੂੰ ਕਹਿਣ ਲੱਗੇ ਬਾਜਾ ਸਾਹਿਬ ਤੁਹਾਨੂੰ ਹੈਰਾਨੀ ਹੋਏਗੀ ਮੈਂ 2.5 ਲੱਖ ਨਾ ਦਿੱਤੇ ਆ 10-15 ਦਿਨ ਤੋਂ ਬਾਅਦ ਮੇਰੇ ਲੋਕਾਂ ਨੇ ਕਿਹਾ ਕਿ ਜੀ ਆ ਕੇ ਸ਼ੁਕਰੀਆ ਅਦਾ ਤੇ ਕਰ ਜੋ ਕਹਿੰਦੇ ਅਸੀਂ 3 ਦਿਨ ਬਕਾਇਦਾ ਤੌਰ ਐਲਾਨ ਕਰਵਾਇਆ ਸਾਰੇ ਪਿੰਡਾਂ 'ਚ ਕਿ ਹਰਿੰਦਰ ਸਿੰਘ ਖਾਲਸਾ ਜੀ ਆ ਰਹੇ ਨੇ ਕਹਿੰਦੇ ਮੈਂ ਜਿਹੜੇ ਪਿੰਡ ਵੀ ਗਿਆ ਕੋ ਦੋ ਬੰਦੇ ਵੀ ਕਦੇ ਸੜਕ ਤੇ ਨਹੀਂ ਮਿਲੇ ਸਮਝੋ ਲੋਕਾਂ ਨੇ ਵੋਟਾਂ ਪਾਈਆਂ ਚੇਂਜ ਲੈ ਆਂਦੀ ਪਰ ਦੇਰ ਵਾਸ ਨੋਬਡੀ ਹੂ ਵਾਸ ਵਿਲਿੰਗ ਟੂ ਐਕਸੈਪਟ ਕਿ ਅਸੀਂ ਤੈਨੂੰ ਵੋਟਾਂ ਪਾਈਏ ਇਹ ਤੇ ਇਹ ਤੇ ਇੱਕ ਤੂਫਾਨ ਸੀ ਤੂਫਾਨ ਵਿੱਚ ਲੋਕ ਬਹਿ ਗਏ ਇਸ ਤਰ੍ਹਾਂ ਹੀ ਇਹਨਾਂ ਦੇ ਖਿਲਾਫ ਲੋਕਾਂ ਦੇ ਫਤਵਾ ਇਹਨਾਂ ਕੋ ਕੋਈ ਕੱਢ ਰਿਹਾ ਨਹੀਂ ਇਹ ਹਵਾ ਚ ਉੱਡ ਦਿੱਤੀਆਂ ਬੋਟਾਂ ਇਹਨਾਂ ਨੂੰ ਪਈਆਂ ਬਦਲਾਅ ਦੇ ਨਾਂ ਤੇ ਲੋਕਾਂ ਨੂੰ ਧੋਖਾ ਦੇ ਕੇ ਝੂਠ ਬੋਲ ਕੇ ਮੌਕਾ ਤਾਂ ਤੁਹਾਡੀ ਕਾਂਗਰਸ ਨੇ ਦਿੱਤਾ ਨਾ ਕਿਸੇ ਨੇ ਦਿੱਤਾ ਵੇ 5 ਸਾਲ ਸੀਗੇ ਤੁਹਾਡੇ ਕੋਲ ਹੁਣ ਪਰਫਾਰਮ ਨਹੀਂ ਕਰੋਗੇ ਤਾਂ ਲੋਕ ਤਾਂ ਕਿਸੇ ਨਾਲ ਜਾਣਗੇ ਮੈਂ ਇਹ ਵੀ ਕਹਿੰਦਾ ਜੀ ਮੈਂ ਇਸ ਗੱਲ ਨੂੰ ਕਬੂਲ ਨਾ ਜੇ ਪਰਫਾਰਮ ਕੀਤਾ ਹੁੰਦਾ ਤੇ ਹਾਲ ਨਾ ਹੁੰਦਾ ਮੈਂ ਤਾਂ ਤੁਹਾਨੂੰ ਪਹਿਲੇ ਗੱਲ ਕਹੀ ਜੇ ਚਿਹਰੇ ਬੋਰੇ ਚੰਗੇ ਹੁੰਦੇ ਜੇ ਕਿਸੇ ਸਿਸਟਮ ਨਾਲ ਸੀ ਆਏ ਹੁੰਦੇ ਤੇ ਵੀ ਊਡ ਨਾ ਪਰਫਾਰਮਡ ਸੋ ਬੈਡਲੀ ਇਹ ਠੀਕ ਹੈ ਲੋਕਾਂ ਨੇ ਮੌਕਾ ਦਿੱਤਾ ਕਈ ਵਾਰ ਕੇ ਆਇਆ 89 ਦੇ ਵਿੱਚ ਵੀ ਸਿਮਰਨਜੀਤ ਸਿੰਘ ਮਾਨ ਨੂੰ ਇਹੋ ਜਿਹਾ ਮੌਕਾ ਲੋਕਾਂ ਨੇ ਦਿੱਤਾ ਸੀ ਇਟ ਹੈਡ ਹੈਪਨ ਪੰਜਾਬ ਦੇ ਵਿੱਚ ਹਰ 25 30 ਸਾਲ ਤੋਂ ਬਾਅਦ ਇੱਕ ਵਾਰ ਇਹੋ ਜਿਹਾ ਤੂਫਾਨ ਇਹੋ ਜਿਹਾ ਵਲਵਲਾ ਇਹੋ ਜਿਹਾ ਜ਼ਲਜ਼ਲਾ ਆਂਦਾ ਹੈ ਚੇਂਜ ਆ ਗਈ ਬਟ ਪੀਪਲ ਆ ਟੋਟਲੀ ਡਿਸਗਸਟਿਡ ਕਿਉਂਕਿ ਅੱਜ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ maal ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਸਾਰਿਆਂ ਨੂੰ ਵੱਧ ਤਰਨੇ ਅੱਜ ਗਵੰਤ ਮੰਨਦੇ ਤੇ ਮੀਤ ਹੇਰ ਦੇ ਘਰ ਦੇ ਬਾਹਰ ਲੱਗੇ ਨੇ ਇਹ ਕਹਿੰਦੇ ਸੀ ਅਸੀਂ ਕਿਤੇ ਪੰਜਾਬ 'ਚ ਧਰਨਾ ਨਹੀਂ ਲੱਗੇਗਾ ਜਦੋਂ ਸਾਡੀ ਗਵਰਨਮੈਂਟ ਆਏ ਪਟਿਆਲੇ ਵੀ ਤਾਂ ਲੱਗੇ ਰਹਿੰਦੇ ਸੀ ਧਰਨੇ ਜਦੋਂ ਕੈਪਟਨ ਸਾਹਿਬ ਸੀ ਮੈਂ ਕੈਪਟਨ ਸਾਹਿਬ ਦੀ ਤੇ ਗੱਲ ਹੀ ਛੱਡੋ ਮੈਂ ਇਹਨਾਂ ਦੀ ਗੱਲ ਕਰਨੇ ਕਹਿੰਦੇ ਸੀ ਜਦੋਂ ਸਾਡੀ ਗਵਰਨਮੈਂਟ ਆਏਗੀ ਆਪਦੀ ਗਵਰਨਮੈਂਟ ਉਸ ਤੋਂ ਬਾਅਦ ਧਰਨਾ ਮੁਕਤ ਹੋ ਜਾਏਗਾ ਪੰਜਾਬ 'ਚ ਹੁਣ ਵੇਖੋ ਉੱਥੇ ਜਾ ਕੇ ਅੱਜ ਵੀ ਕਿਸਾਨਾਂ ਦਾ ਧਰਨਾ ਪਗਵੰਸੇ ਮੰਨ ਦੇ ਕਰਦੇ ਬਾਹਰ ਲੱਗਾ ਸਿੰਘ ਰੂਲ ਜਿਨ੍ਹਾਂ ਦੀ ਪੇਮੈਂਟ 18 ਕਰੋੜ ਰੁਪਈਆ ਇਹਨਾਂ ਦੀ ਆਪਣੀ ਧੂਰੀ ਦੀ ਸ਼ੁਗਰ ਬਿੱਲ ਲੈ ਨਹੀਂ ਕੀਤੀ ਜਿਹੜਾ ચીਫ ਮਿੰਿਸਟਰ ਤੁਸੀਂ ਹੈਰਾਨ ਹੋਵੋਗੇ ਤਿੰਨਾਂ ਮਹੀਨਿਆਂ ਚ ਆਪਣੇ ਪਿੰਡ ਇੱਕ ਵਾਰ ਗਏ ਨੇ ਕਿਤੇ ਵੀ ਨਹੀਂ ਗਏ ਜੀ ਅੱਜ ਮੈਂ ਮਲੇਰਕੋਟਲੇ ਤੋਂ ਆਇਆ ਉਹ ਕਹਿੰਦੇ ਦੋ ਇਲੈਕਸ਼ਨਾਂ ਚ ਅਸੀਂ ਵੋਟਾਂ ਪਾਈਆਂ ਨਾ ਕਦੇ ਕਿਸੇ ਦੇ ਭੋਗ ਚ ਜਾਣ ਨਾ ਕਦੇ ਵਿਆਹ ਤੇ ਜਾਣ ਨਾ ਕਦੇ ਸਿਸਕਾਰ ਤੇ ਜਾਣ ਨਾ ਕਦੇ ਫੰਕਸ਼ਨ ਚ ਦੋ ਵਾਰ ਵੋਟਾਂ ਲੈ ਗਏ ਜੀ ਗੱਲੀਬਾਤੀ ਲੈ ਗਏ ਸਟੇਜ ਆਰਟਿਸਟ ਐ ਨੇ ਥੋੜੀ ਦੇਰ ਵਾਸੇ ਲੋਕਾਂ ਨੂੰ ਪਰਮਾਣਾ ਜਿਹੜਾ ਉਹ ਇਹਨਾਂ ਦੇ ਇਹਦੇ ਚ ਵੱਡੀ ਕਾਬਲੀਅਤ ਹੈ ਗੱਲਾਂ ਦੀ ਖੱਟੀ ਖਾਂਦੇ ਨੇ ਕਨਫਲਿਕਟ ਸੀਗਾ ਕੈਪਟਨ ਦੇ ਨਾਲ ਤੁਸੀਂ ਕਹਿੰਦੇ ਸੀ ਕਿ ਮੈਂ ਕੈਪਟਨ ਤੋਂ ਵੀ ਪੁਰਾਣਾ ਕਾਂਗਰਸੀ ਹਾਂਜੀ ਹਾਂਜੀ ਕਾਂਗਰਸ ਨੇ ਤੁਹਾਨੂੰ ਪ੍ਰਧਾਨ ਹਟਾ ਕੇ ਕੈਪਟਨ ਸਾਹਿਬ ਨੂੰ ਬਣਾ ਦਿੱਤਾ ਲੇਕਿਨ ਹੁਣ ਜਦੋਂ ਮੌਕਾ ਸੀ ਜਦੋਂ ਕੈਪਟਨ ਸਾਹਿਬ ਵੀ ਪਾਰਟੀ ਚੋਂ ਸਾਫ ਹੋ ਗਏ ਤੇ ਇਸ ਵਾਰੀ ਵੀ ਬਾਜਵਾ ਸਾਹਿਬ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ ਪਾਰਟੀ ਪ੍ਰਧਾਨ ਨਹੀਂ ਬਣਾਇਆ ਗਿਆ ਤੁਹਾਡੇ ਇੱਕ ਐਕਸਪੀਰੀਅੰਸ ਦੇ ਬਜਾਏ ਪਾਰਟੀ ਨੇ ਕਿਉਂ ਇੱਕ ਯੂਥ ਐਸੇ ਕੈਂਡੀਡੇਟ ਨੂੰ ਮੌਕਾ ਦਿੱਤਾ ਜਿਹਦੇ ਕੋਲ ਹੱਲੇ ਬਹੁਤ ਲੰਮੀ ਉਮਰ ਪਈ ਸੀ ਪ੍ਰਧਾਨ ਬਣਨ ਦੀ ਕੁਝ ਚੀਜ਼ਾਂ ਔਨ ਕੈਮਰਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹ ਸਾਰੀ ਗੱਲ ਮੇਰੇ ਨਾਲ ਪਹਿਲੇ ਹੋ ਚੁੱਕੀ ਸੀ ਮੇਰੇ ਨਾਲ ਗੱਲ ਹੋ ਚੁੱਕੀ ਸੀ ਵੀ ਨੀਡਡ ਅ ਯੂਥ ਲੀਡਰ ਨੌਜਵਾਨ ਕੋਈ ਇਹ ਹੁਜਾ ਸਾਥੀ ਜਿਹੜਾ ਨੌਨ ਹੋਏ ਜਿਹੜਾ ਪੰਜਾਬ ਦੇ ਵਿੱਚ ਪਜ ਨਟ ਕਰ ਸਕੇ ਹਰ ਜਗ੍ਹਾ ਜਾ ਸਕੇ ਮੋਬਾਈਲਾਈਜ਼ ਕਰ ਸਕੇ ਐਂਡ ਵੀ ਨੀਡੇਡ ਅ ਸੀਜ਼ਡ ਮੈਨ ਟੂ ਟੇਕ ਔਨ ਦਿਸ ਅਨ ਐਕਸਪੀਰੀਐਂਸ ਗਵਰਨਮੈਂਟ ਔਨ ਦ ਫਲੋਰ ਆਫ ਦ ਵਿਧਾਨ ਸਭਾ ਇਹੀ ਉਹਨਾਂ ਦਾ ਹੋਇਆ ਕਿ ਇੱਕ ਪਾਸੇ ਐਕਸਪੀਰੀਐਂਸ ਲੈ ਕੇ ਆਓ ਜਿਹੜਾ ਇਹਨਾਂ ਦਾ ਫਲੋਰ ਆਫ ਦ ਹਾਊਸ ਚ ਮੁਕਾਬਲਾ ਕਰੇ ਇੱਕ ਪਾਸੇ ਨੌਜਵਾਨ ਹੋਏ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਗਰਾਉਂਡ ਅਸੀਂ ਲੂਜ਼ ਕੀਤੀ ਉਹਨੂੰ ਇੱਕ ਵਾਰ ਫੇਰ ਅਸੀਂ ਰੀ ਕੈਪਚਰ ਕਰ ਸਕੇ ਰਾਜਾ ਬੜਿੰਗ ਨੂੰ ਬਣਾਉਣ ਚ ਤੁਹਾਡੀ ਸਹਿਮਤੀ ਸੀ ਮੈਂ ਕਈ ਗੱਲਾਂ ਹੁਣ ਕੈਮਰਾ ਨਹੀਂ ਦੱਸ ਸਕਦਾ ਤੁਸੀਂ ਸਮਝਦੇ ਹੋ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਜੀ ਜਿਹੜਾ ਤੁਹਾਡਾ ਪ੍ਰਿੰਸੀਪਲ ਹੈ ਕਿ ਕੋਈ ਵੀ ਕਰਨਲ ਜੋ ਹੈ ਓਵਰਨਾਈਟ ਜਰਨਲ ਨਹੀਂ ਬਣਨਾ ਚਾਹੀਦਾ ਤੇ ਇੱਥੇ ਵੀ ਤੇ ਕਰਨਲ ਜਰਨਲ ਹੀ ਬਣਿਆ ਜਿਹੜੀ ਮੈਂ ਗੱਲ ਕਹੀ ਸੀ ਉਹ ਲੀਡਰਸ਼ਿਪ ਦੀ ਲੜਾਈ ਦੀ ਗੱਲ ਮੈਂ ਕਰਨਾ when you are ruling ਮੈਂ ਉੱਥੋਂ ਦੀ ਲੀਡਰਸ਼ਿਪ ਦੀ ਗੱਲ ਕਰਨਾ ਪ੍ਰਧਾਨਗੀਆਂ ਤੇ ਜਾਂ ਇਹ ਬਾਕੀ ਚੀਜ਼ਾਂ ਤੇ ਹਮੇਸ਼ਾ ਨੌਜਵਾਨਾਂ ਨੂੰ ਕਈ ਵਾਰ ਮੌਕੇ ਮਿਲੇ ਨੇ ਜਿਹੜੀ ਉਹ ਚੀਜ਼ ਇਟ ਇਜ਼ ਦੀ ਟਾਪ ਲੀਡਰਸ਼ਿਪ when you have to go who will rule punjab You need a person with experience. You need a person with vision to rule Punjab. You cannot hand over Punjab to people who are totally afresh. ਜਿਨ੍ਹਾਂ ਦਾ ਕੋਈ ਤਜਰਬਾ ਨਹੀਂ ਹੈ ਜਿਨ੍ਹਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਜਿਨ੍ਹਾਂ ਵਿੱਚ ਫਰਕ ਦੇ ਲਈ ਨਹੀਂ ਹੈ ਇਹ ਮੇਰਾ ਕਹਿਨ ਦਾ ਮਕਸਦ ਨੂੰ ਨਵਜੋਤ ਸਿੰਘ ਸਿੱਧੂ ਨੂੰ ਵੀ ਪ੍ਰਧਾਨ ਬਣਾਇਆ ਸੀ ਉਸ ਤੋਂ ਪਹਿਲਾਂ ਵੀ ਤੁਹਾਡੀ ਇਹੀ ਸਟੇਟਮੈਂਟ ਹਾਂ ਬਿਲਕੁਲ ਸੇਮ ਉਹੀ ਹਾਲਾਤ ਤਾਂ ਰਾਜਾ ਬੜਿੰਗਲੇ ਵੀ ਬਣੇ ਜਦ 40 ਸਾਲ 45 ਸਾਲ ਦੇ ਐਕਸਪੀਰੀਅੰਸ ਵਾਲਾ ਬੈਠਾ ਸੀ ਨਹੀਂ 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 ਦੇਰ ਇਜ਼ ਅ ਡਿਫਰੈਂਸ ਨਵਜੋਤ ਸਿੰਘ ਸਿੱਧੂ ਨੈਵਰ ਬਿਲੋਂਗ ਟੂ ਦੀ ਕਾਂਗਰਸ ਸਕੂਲ ਆਫ ਥੋਟ ਇਹ ਬਾਰੋਂ ਆਏ ਨੇ ਜਿੱਥੇ ਮੈਂ ਲੌਇਲਟੀ ਦੀ ਗੱਲ ਕੀਤੀ ਹੈ ਸਿਨਿਓਰਟੀ ਦੀ ਕੀਤੀ ਹੀ ਹੀ ਵਾਸ ਨਾਟ ਇਨ ਦੀ ਕਾਂਗਰਸ ਹੀ ਹੈ ਕਮ ਫਰਮ ਅਨਦਰ ਪਾਰਟੀ ਇਨਟੂ ਦੀ ਕਾਂਗਰਸ ਮੇਰਾ ਇਹ ਬਨਣਾ ਇਸ ਜਮਾਤ ਨੂੰ ਹੈਡ ਕਰਨ ਵਾਸਤੇ ਡਾਈ ਹਾਰਡ ਉਸ ਪਾਰਟੀ ਦੀ ਜਿਹੜੀ ਸੋਚ ਹੈ ਉਹਦੇ ਦਾ ਬੱਝੇ ਆਦਮੀ ਚਾਹੀਦਾ ਐਂਡ ਰਾਜਾ ਬਣੇਗਾ ਇਸ ਵਨ ਆਫ them ਹੀ ਇਸ origignal congressman ਯੰਗ ਹੋ ਸਕਦਾ ਬਟ ਹੀ ਇਸ origignal congressman ਹੀ ਹੈ ਨਾਟ ਕਮ ਫਰਮ ਅਦਰ ਪਾਰਟੀ ਇਨਟੂ ਦੀ ਕਾਂਗਰਸ ਹੀ ਵਾਸ ਬੋਰਨ ਇਨਟੂ ਦੀ ਕਾਂਗਰਸ ਇੰਨੇ ਇਲਜ਼ਾਮ ਕਿਉਂ ਲੱਗਦੇ ਆ ਕਾਂਗਰਸ ਦੇ ਲੀਡਰਾਂ ਤੇ ਹਰ ਜਿਹੜਾ ਵੀ ਇਲਜ਼ਾਮ ਹੈ ਲੈ ਦੇ ਕੇ ਕਾਂਗਰਸ ਦੇ ਲੀਡਰ ਤੇ ਲੱਗਦਾ ਹੈ ਅੱਜ ਵੀ ਇੱਕ ਇਲਜ਼ਾਮ ਲੱਗਾ ਹੈ ਕਿ ਤ੍ਰਿਪ ਰਜਿੰਦਰ ਬਾਜਵਾ ਹੁਣੀ ਨੇ ਅੰਮ੍ਰਿਤਸਰ ਦੀ ਇੱਕ ਇੱਕ ਬਿਲਡਰਸ ਨੂੰ ਇੱਕ ਲੈਂਡ ਵੇਚਤੀ ਜਿਹੜੀ ਲੈਂਡ 7 ਕਰੋੜ ਰੁਪਏ ਏਕੜ ਹੋਣੀ ਚਾਹੀਦੀ ਸੀ ਉਹ 43 ਲੱਖ ਰੁਪਏ ਏਕੜ ਦੇ ਹਿਸਾਬ ਨਾਲ ਵੇਚੀ ਔਰ ਇਹ ਪੰਚਾਇਤ ਮੰਤਰੀ ਦਾ ਇਲਜ਼ਾਮ ਹੈ ਕਿ 28 ਕਰੋੜ ਰੁਪਏ ਦਾ ਨੁਕਸਾਨ ਹੋਇਆ ਸਟੇਟ ਗਵਰਨਮੈਂਟ ਤੋਂ ਦੇ ਨਾਲ ਸਾਰੇ ਇਲਜ਼ਾਮ ਲੈ ਦੇ ਕੇ ਕਾਂਗਰਸ ਤੇ ਕਿਉਂ ਲੱਗਦੇ ਬਿਲਕੁਲ ਇਨਕਰੈਕਟ ਹੈ ਜਦੋਂ ਕალიਦਲ ਰਾਜ ਕਰਦਾ ਸੀ ਤੇ ਇਲਜ਼ਾਮ ਕალიਦਲ ਦੇ ਆਣੇ ਸੀ ਹੁਣ ਸਾਰੇ ਇਲਜ਼ਾਮ ਆਂਦੇ ਟਾਈਮ ਦੇ ਵਿੱਚ ਆਪ ਤੇ ਲੱਗਣੇ ਨੇ ਪਰ ਉਹ ਕੋਈ ਜਸਟੀਫਾਈ ਨਹੀਂ ਕਰ ਸਕਦੇ ਨਾ ਇਸ ਕਾਰਨ ਨਹੀਂ ਤੁਸੀਂ ਮੈਂ ਕੋਈ ਜਸਟੀਫਿਕੇਸ਼ਨ ਨਹੀਂ ਕਰ ਰਿਹਾ ਜਿਸ ਆਦਮੀ ਨੇ ਕੋਈ ਗਲਤ ਕੰਮ ਕੀਤਾ ਹੀ ਵਿਲ ਹੈਵ ਟੂ ਫੇਸ ਦੀ ਮਿਊਜ਼ਿਕ ਜਿਸ ਆਦਮੀ ਨੇ ਗਲਤ ਕੰਮ ਕੀਤਾ ਯੂ ਵਿਲ ਹੈਵ ਟੂ ਪ੍ਰੂਵ ਇਟ ਗਵਰਨਮੈਂਟ ਦੇ ਨਰੇ ਇਲਜ਼ਾਮ ਲਗਾਉਣਾ ਥੋੜਾ ਗੱਲ ਬਣ ਜਾਣੀ ਯੂ ਵਿਲ ਹੈਵ ਟੂ ਪ੍ਰੂਵ ਇਟ ਵਾਂਸ ਦੀ ਕੋਰਟ ਪ੍ਰੂਵ ਇਟ ਵਾਂਸ ਦੀ ਲਾਅ ਆਫ ਦ ਲੈਂਡ ਟੇਕਸ ਇਟਸ ਪਲੇਸ ਨੋਬਾਡੀ ਇਜ਼ ਡਿਫੈਂਡਿੰਗ them ਕੌਂਟੈਂਡ ਕਰ ਰਿਹਾ ਇਹ ਹੀ ਚੀਜ਼ ਐ ਨਾ ਤੇ ਆਣੀਆਂ ਨੇ ਥੋੜਾ ਟਾਈਮ ਤੇ ਗੁਜ਼ਰ ਲੈਣ ਦਿਓ ਇਹ ਦੁੱਧ ਦੇ ਤੋਤੇ ਨੇ ਜੀ ਕੀ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਐ ਕੌਣ ਨੇ ਜੀ ਜਾਂ ਇਹਨਾਂ ਨੇ ਕਰਨਾ ਕੀ ਥੋੜਾ ਜਿਹਾ ਢਿੱਕੋ ਤੇ ਸਹੀ ਕੀ ਕਰਨਾ ਵਜਵਾ ਸਭ ਕੀ ਲੱਗਦਾ ਤੁਹਾਨੂੰ ਬੜੀ ਭਵਿਸ਼ੇਵਾਨੀਆਂ ਕਰ ਰਹੇ ਹੋ ਤੁਸੀਂ ਸਾਰਾ ਕੰਮ ਦਿੱਲੀ ਚ ਇਕੱਠਾ ਹੋ ਰਿਹਾ ਕੰਮ ਮਤਲਬ ਐਕਸਾਈਜ਼ ਪਾਲਿਸੀ ਇੱਕ ਵਾਰ ਆ ਲੈਣ ਦਿਓ ਥੱਲੇ ਤੁਹਾਨੂੰ ਸਮਝਾ ਦਾਂਗੇ ਪਾਵਰ ਕੰਪਨੀਆਂਜ਼ ਨਾਲ ਐਕਸਾਈਜ਼ ਵਾਲੇ ਲੋਕਾਂ ਨਾਲ ਦਿੱਲੀ ਦੇ ਵਿੱਚ ਗੱਲ ਹੋ ਰਹੀ ਤੁਹਾਨੂੰ ਕੀ ਲੱਗਦਾ ਕਿ ਉਹਦੇ ਚ ਕ੍ਰਪਸ਼ਨ ਪੈਸਾ ਇਨਵੋਲ ਹੈ ਮੈਂ ਹੀ ਨਹੀਂ ਕਹਿ ਸਕਦਾ ਆਹ ਤੇ ਲੈਣ ਤੋਂ ਇਹ ਪਾਲਿਸੀਜ਼ ਪ੍ਰਾਈਵੇਟ ਬੰਦਿਆਂ ਨੂੰ ਬਿਠਾ ਕੇ ਬਣਾਈਆਂ ਗਈਆਂ ਹੋਣ ਉਹਦਾ ਮਤਲਬ ਕੀ ਹੁੰਦਾ ਜੀ ਅਸੀਂ ਉਹ ਵੀ ਗੱਲ ਕਰਾਂਗੇ ਲੇਕਿਨ ਉਸ ਚੀਜ਼ ਨੂੰ ਦੱਸ ਕੇ ਅਸੀਂ ਜਿਹੜੀ ਮੌਜੂਦਾ ਕਰਪਸ਼ਨ ਸਾਹਮਣੇ ਹੈ ਜਿਹੜੀ ਅੱਜ ਐਲੀਗੇਸ਼ਨ ਲੱਗਾ ਹੈ ਅਸੀਂ ਉਹਨੂੰ ਕਵਰ ਅਪ ਨਹੀਂ ਕਰ ਸਕਦੇ ਕਦੋਂ ਅਸੀਂ ਕੀਤਾ ਤੁਸੀਂ ਮੈਨੂੰ ਦੱਸੋ ਕਿਸੇ ਬੰਦੇ ਨੇ ਆਹ ਦਾ ਨਾਰਾ ਮਾਰਿਆ ਇੱਕ ਹੈ ਐਲੀਗੇਸ਼ਨ ਲੱਗਣਾ ਇੱਕ ਹੁੰਦਾ ਚੀਜ਼ ਪ੍ਰੂਵ ਹੋਣੀ ਲੈਟ ਦੀ ਗਵਰਨਮੈਂਟ ਪ੍ਰੂਵ ਥਿਸ ਅਜੇ ਤੇ ਐਲੀਗੇਸ਼ਨ ਸਾ ਕੁਲਦੀਪ ਸਿੰਘ ਢਾਲੀਵਾਲ ਨੇ ਪਹਿਲੀ ਵਾਰ ਲਾਇਆ ਹਾਊ ਕੈਨ ਵੀ ਪਹਿਲੇ ਦਿਨੋਂ ਤੈਨਕ ਕਿਸੇ ਨੂੰ ਪਤਾ ਹੀ ਨਹੀਂ ਸੀ ਪਹਿਲੇ ਤੇ ਇਹਨਾਂ ਦੀ ਗਵਰਨਮੈਂਟ ਤੇ ਲੱਗ ਗਿਆ ਸੀ ਕਿ ਤੁਸੀਂ ਕੀਤਾ ਜੀ ਹੁਣ ਉਹਨਾਂ ਨੇ ਕੱਢ ਕੇ ਕਹਤਾ ਇਹ ਅਸੀਂ ਨਹੀਂ ਕੀਤਾ ਇਹ ਤੇ ਪਿਛਲੀ ਗਵਰਨਮੈਂਟ ਨੇ ਜਾਂਦੇ ਵਕਤ ਕਰਤਾ ਸੀ ਔਰ ਕੇਅਰ ਟੇਕਰ ਮਨਿਸਟਰ ਸਾਈਨ ਕਰ ਗਿਆ 10 ਤਰੀਕ ਨੂੰ ਰਿਜ਼ਲਟ ਆਗੇ ਸੀ 11 ਨੂੰ ਫਾਈਲ ਸਾਈਨ ਹੋਈ ਠੀਕ ਗੱਲ ਨਹੀਂ ਸਮਝਦੇ ਇਹ ਕੀ ਹੋਇਆ ਇੱਕ ਵਾਰ ਗੱਲ ਤੇ ਸਾਹਮਣੇ ਆ ਲੈੰਦੋ ਕੋਈ ਕਿਸੇ ਨੂੰ ਵੇਖੋ ਇਫ ਸਮਬਡੀ ਹੈਜ਼ ਡਨ ਇੱਕ ਗੱਲ ਕਲੀਅਰਲੀ ਨੋਟ ਕਰ ਲੋ ਇਫ ਸਮਬਡੀ ਹੈਜ਼ ਡਨ ਐਨੀਥਿੰਗ ਰੋਂਗ ਉਹਨੂੰ ਕੋਈ ਡਿਫੈਂਡਰ ਨਹੀਂ ਕਰ ਰਿਹਾ ਪਰ ਜੇ ਤੁਸੀਂ ਕਿਸੇ ਨਾਲ ਤਕਾ ਕਰਨ ਦੀ ਕੋਸ਼ਿਸ਼ ਕਰੋ ਜਾਂ ਤੁਸੀਂ ਐ ਸਟੇਜ ਉੱਤੇ ਕਿਉਂਕਿ ਤੁਹਾਡੇ ਸਾਹਮਣੇ ਸੰਗਰੂਰ ਦੀ ਬਾਈ ਲਿਖਿਆ ਨੇ ਤੁਸੀਂ ਉਹਦਾ ਉਹਦਾ ਨਰੇਟਿਵ ਚੇਂਜ ਦੀ ਕੋਸ਼ਿਸ਼ ਕਰੋ ਤੁਹਾਨੂੰ ਝੂਠ ਬੋਲਣ ਜਿਸ ਦਾ ਅਸੀਂ ਮਿਲ ਗਏ ਆ ਮੁਲਾਕਾਤ ਸਾਡੀ ਹੋਈ ਨਹੀਂ ਕਾਗਜ਼ ਅਸੀਂ ਤੁਹਾਨੂੰ ਦਿੱਤਾ ਕੋਈ ਨਹੀਂ ਤੁਸੀਂ ਕਹਿੰਦਾ ਸਾਧੂ ਸਿੰਘ ਦੀ ਪੈਰਵਹੀ ਵਾਸਤੇ ਆਏ ਨੇ that means you are trying to misguide the electorate ਤੁਸੀਂ ਮਿਸਲੀਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਝੂਠ ਬੋਲ ਰਹੇ ਹੋ ਕਿਉਂਕਿ ਤੁਹਾਡੀ ਜਾਣ ਅੱਜ ਕ੍ਰਿਕੇ ਵਿੱਚ ਫਸੀ ਹੈ ਤੁਸੀਂ ਚਾਹਦੇ ਕੋ ਲੋਕਾਂ ਕੋ ਫੇਰ ਵੋਟ ਬਟੋਰੀ ਜਾਏ ਕੋਈ ਨਾ ਕੁਝ ਕਰਕੇ ਜਿਹੜਾ ਮਾਨਸੇ ਵਾਲਾ ਸੀ ਉਹ ਵੀ ਇਹਨਾਂ ਕਹਿਆ ਸੀ ਸਾਡੇ ਕੋ ਆਡੀਓ ਪਈ ਹੈ ਕਿੱਥੇ ਵੇਖਦੀ ਆਡੀਓ ਜਿਹੜਾ ਇਹਨਾਂ ਨੇ ਮਾਨਸੇ ਦਾ ਮਨਿਸਟਰ ਹੈਲਥ ਮਨਿਸਟਰ ਪੜਿਆ ਸੀ ਭਗਵਨ ਸਿੰਘ ਮਾਨੂੰ ਮੈਂ ਪੁੱਛਣਾ ਚਾਹਣਾ ਕਿੱਥੇ ਆਡੀਓ ਸੁਣਾਉ ਕਿੱਥੇ ਆਡੀਓ ਸੇ ਕੋਈ ਚੀਜ਼ ਤੇ ਸੁਣਾਈ ਕੋਈ ਨਹੀਂ ਉਹ ਕੋਰਟ ਤੋਂ ਸੁਣਾਣੀ ਪਈ ਉਹ ਕੋਰਟ ਦੇ ਵਿੱਚ ਤਿੰਨ ਮਹੀਨਿਆਂ ਬਾਅਦ ਇਹਨਾਂ ਨੇ ਸਫਾਈ ਦਵਾ ਦੇਣੀ ਹੈ ਜਿਵੇਂ ਕੇਜਰੀਵਾਲ ਸਾਹਿਬ ਦਾ ਜਿਹੜਾ ਫੂਡ ਐਂਡ ਸਪਲਾਈ ਮੰਤਰੀ 15 ਚ ਪੜਿਆ ਸੀ ਉਹਨੂੰ ਦੁਆਤੀ ਸੀ ਹੀ ਗਾਟ ਅ ਕਲੈਰਿਟੀ ਐਂਡ ਤਿੰਨ ਸਾਲ ਕਹਤਾ ਸੀ ਮੁਸਲਮਨ ਮਿਨਿਸਟਰ ਜਿਹੜਾ ਸੀ ਫੂਡ ਐਂਡ ਸਪਲਾਈਜ਼ ਦਾ 15 ਵਾਲਾ 18 ਵਿੱਚ ਉਹਨੂੰ ਚੇਅਰਮੈਨ ਲਾ ਦਿੱਤਾ ਤੁਹਾਨੂੰ ਕੀ ਲੱਗਦਾ ਹੈ ਕਿ ਇਲੈਕਸ਼ਨ ਜਿੱਤਣ ਵਾਸਤੇ ਆਪਣਾ ਹੀ ਮਿਨਿਸਟਰ ਤਿਆਰ ਹੋ ਜਾਏਗਾ ਉਸੇ ਹਲਕੇ ਦਾ ਕਿ ਮੈਨੂੰ ਅੰਦਰ ਦੇ ਦਿਓ ਮੈਂ ਇਹ ਉਹਦੀ ਗੱਲ ਨਹੀਂ ਕਰਦਾ ਇਹ ਬੱਕਰਾ ਹਲਾਲ ਕਰਨ ਦੇ ਵਿੱਚ ਤੇ ਮਾਸਟਰਸ ਨੇ ਜੀ ਬੱਕਰਾ ਹਲਾਲ ਕਰਨ ਦੇ ਵਿੱਚ ਮਾਸਟਰਸ ਨੇ ਇਹਨਾਂ ਕੋਲ ਵੇਖੋ ਮੈਂ ਤੁਹਾਨੂੰ ਦੱਸਾਂ ਜੋ ਸਾਨੂੰ ਪਤਾ ਲੱਗਾ ਇਹਨਾਂ ਕੋਲ ਆਡੀਓ ਆ ਗਈ ਜਦੋਂ ਇਹਨਾਂ ਕੋਲ ਆਡੀਓ ਆ ਗਈ ਇਹਨੇ ਮਿਨਿਸਟਰ ਨੂੰ ਬੁਲਾ ਲਿਆ ਆਪਣੇ ਘਰ ਉਹਨੂੰ ਕਿਹਾ ਸੁਣ ਲੈ ਕਾਕਾ ਉਹਨੂੰ ਮੰਨਣਾ ਪਿਆ ਕਬੀਰੀ ਆਵਾਜ਼ ਹੈ ਉਹ ਤੁਹਾਨੂੰ ਗ੍ਰਿਫਤਾਰੀ ਦਿੱਤੀ ਤੇ ਉਹਨੂੰ ਜਦੋਂ ਤੁਸੀਂ ਗੱਲ ਨਹੀਂ ਸਮਝਦੇ ਅਜੇ ਸਮਾਨ ਤੇ ਉਹਦੇ ਕੋ ਪਹੁੰਚਿਆ ਕੋਈ ਨਹੀਂ ਸੀ ਜੋ ਉਹਨੇ ਮੰਗਿਆ ਸੀ ਪਹੁੰਚਿਆ ਕੋਈ ਨਹੀਂ ਜਦੋਂ ਇਹ ਚੀਜ਼ ਜਾਣੀ ਹੈ ਕੋਰਟ ਦੇ ਵਿੱਚ ਜਦੋਂ ਆਇਆ ਅਜੇ ਲੈਣ ਦੇਣ ਕੁਝ ਨਹੀਂ ਹੋਇਆ ਉਦਦੇ ਤੇ ਇਲਜ਼ਾਮ ਕੀ ਸਾਬਤ ਹੋਣਾ ਜੀ ਜਦੋਂ ਇਲਜ਼ਾਮ ਸਾਬਤ ਨਹੀਂ ਹੋਣਾ ਤੇ ਇਹਨਾਂ ਕਹਿੰਦਾ ਵੇਖੋ ਜੀ ਉਹਨੂੰ ਦਬਰੀ ਕਰਦੇ ਤਾਂ ਉਹਨੇ ਦਾ ਕਸੂਰ ਕੀ ਹੈ ਫਿਰ ਸਰਕਾਰ ਫਸੇਗੀ ਨਾ ਇਹ ਤਾਂ ਚੀਫ ਮਨਿਸਟਰ ਦਾ ਡਿਸੀਜਨ ਸੀ ਕਿ ਕਿਸ ਤਰ੍ਹਾਂ ਤੁਸੀਂ ਜਿਹੜੀ ਚੀਜ਼ ਪ੍ਰੂਵ ਨਹੀਂ ਹੋ ਸਕਦੀ ਸੀ ਉਹ ਮਨਿਸਟਰ ਨੂੰ ਤੁਸੀਂ ਅੰਦਰ ਦੇ ਦਿੱਤਾ ਉਹ ਤਾਂ ਫਿਰ ਸਰਕਾਰ ਪ੍ਰੂਵ ਕਰੇਗੀ ਇਹ ਕੋਈ ਮੇਰੇ ਤੁਹਾਡੇ ਦਿੱਤੇ ਤਾਂ ਅੰਦਰ ਹੋਇਆ ਨਹੀਂ ਉਦੋਂ ਤੱਕ ਉਦੋਂ ਤੱਕ ਇਹਨਾਂ ਚੀਫ ਮਨਿਸਟਰ ਨੇ ਤਾਂ ਹੈ ਉਦੋਂ ਤੱਕ ਕੇਜਰੀਵਾਲ ਸਾਹਿਬ ਨੇ ਇਹਨਾਂ ਨੂੰ ਤੋੜ ਦੇਣਾ ਮੈਂ ਹੋਰ ਤੁਹਾਨੂੰ ਕੀ ਦੱਸ ਰਿਹਾ ਜੀ ਅੱਛਾ ਜਦੋਂ ਤੱਕ ਆਣਾ ਉਦੋਂ ਤੱਕ ਇਹਨਾਂ ਨੂੰ ਪੈਕ ਆਫ ਕਰ ਦੇਣਾ ਇਹਨਾਂ ਨੇ ਬਾਜਵਾ ਸਾਹਿਬ ਇਹ ਗੱਲ ਦੱਸੋ ਤੁਸੀਂ ਕਿਹਾ ਵੀ ਇਹ ਬੱਕਰਾ ਹਲਾਲ ਕਰਨ ਦੇ ਮਾਸਟਰ ਆਂ ਹਾਂ ਲੇਕਿਨ ਕੈਪਟਨ ਸਾਹਿਬ ਕੋਲ ਵੀ ਬੜੇ ਬਕਰਿਆਂ ਦੀ ਲਿਸਟ ਸੀ ਪਰ ਉਹਨਾਂ ਨੇ ਹਲਾਲ ਕੋਈ ਨਹੀਂ ਕੀਤਾ ਤੇ ਕਾਂਗਰਸ 'ਚ ਇਹ ਹਲਾਲ ਕਰਨ ਵਾਲਾ ਕਲਚਰ ਕਿਉਂ ਨਹੀਂ ਹੈ ਮੈਨੂੰ ਨਹੀਂ ਪਤਾ ਇਹ ਕਪਤਾਨ ਸਾਹਿਬ ਨੂੰ ਪੁੱਛੋ ਜਿਹੜੇ ਹੁਣ ਭਾਜਪਾ ਦੇ ਨਾਲ ਨੇ ਉਹਨਾਂ ਨੂੰ ਪੁੱਛੋ ਨਾ ਇਹ ਸਵਾਲ ਉਹਨਾਂ ਨੂੰ ਪੁੱਛ ਤੇ ਬਕਰਿਆਂ ਦੀ ਲਿਸਟ ਉਹਨਾਂ ਨੇ ਉਧਰ ਦੇਤੀ ਹੋਣੀ ਮੈਨੂੰ ਨਹੀਂ ਪਤਾ ਇਹ ਉਹਨਾਂ ਨੂੰ ਪੁੱਛੋ ਹੀ ਇਜ਼ ਦੀ ਵਨ ਹੀ ਵਾਸ ਦੀ ਚੀਫ ਮਿਨਿਸਟਰ ਉਹਨੇ ਕਿਨੂੰ ਛੱਡਿਆ ਕਿਨੂੰ ਨਹੀਂ ਛੱਡਿਆ ਕਿਹੜੀ ਲਿਸਟ ਹੈ ਕਿਹੜੀ ਨਹੀਂ ਹੈ ਹੀ ਇਜ਼ ਦੀ ਮੈਨ ਹੂ ਇਜ਼ ਅਨਸਰਬਲ ਪਰ ਬਾਜਵਾ ਸਾਹਿਬ ਕਾਂਗਰਸ ਦੇ ਬਕਰਿਆਂ ਦੀ ਗੱਲ ਉਹ ਕਰਦੇ ਆ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਤੁਸੀਂ ਹੋ ਇਸ ਟਾਈਮ ਸੀਨੀਅਰ ਮੋਸਟ ਲੀਡਰ ਤੁਸੀਂ ਹੋ ਪੰਜਾਬ ਦੇ ਤੇ ਤੁਹਾਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਕਾਂਗਰਸ ਦੇ ਕਿਹੜੇ ਕਿਹੜੇ ਟੇਂਟਡ ਆਦਮੀ ਸੀ ਯਾਰ ਜਿਹੜੇ ਆ ਹੁਣ ਪਾਲਾ ਬਦਲ ਸਕਦੇ ਆ ਤੁਹਾਨੂੰ ਇਸ ਗੱਲ ਦੀ ਫਿਕਰ ਹੋਣੀ ਚਾਹੀਦੀ ਹੈ ਨਹੀਂ ਸਾਨੂੰ ਬਹੁਤ ਫਿਕਰ ਹੈ ਪਟ ਤੁਸੀਂ ਇਹਦਾ ਇਹ ਗੱਲ ਨੂੰ ਲੈਟ ਸੀ ਇੱਕ ਮਿੰਟ ਮੇਰੀ ਗੱਲ ਸੁਣ ਲੋ ਆਈ ਹੈ ਕਮ ਆਫਟਰ 12 ਵੀਅਸ ਅਜੇ ਤੱਕ ਇਲਜ਼ਾਮਾਂ ਦਾ ਦੌਰ ਚੱਲ ਰਿਹਾ ਹੈ ਇਲਜ਼ਾਮਾਂ ਦੇ ਦੌਰ ਦੇ ਵਿੱਚੋਂ ਜਿਹੜੇ ਲੋਕ ਨੇ ਛਾਨਣਾ ਲੱਗਣਾ ਹੈ ਜਿਹੜੇ ਸਾਫ਼ ਨੇ ਛਾਨਣੇ ਚੋਂ ਨਿਕਲਣਗੇ ਜਿਹੜੇ ਕਸੂਰਵਾਰ ਹੋਣਗੇ ਛਾਨਣੇ ਚ ਆ ਜਾਣਗੇ ਛਾਨਣਾ ਲੱਗ ਤੇ ਲੈਣ ਤੋਂ ਛਾਨਣਾ ਲੱਗਾ ਹੋਇਆ ਹੈ ਜੀ ਹਾਂਜੀ ਤੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਲਈ ਰਾਜਾ ਬੜਿੰਗ ਲਈ ਜਾਂ ਬਾਕੀ ਲੋਕਾਂ ਲਈ ਬੜਾ ਵਧੀਆ ਹੋ ਰਿਹਾ ਹੈ ਕਿ ਬੜੇ ਬਰੀਕ-ਬਰੀਕ ਪੱਥਰ ਵੀ ਨਿਕਲ ਰਹੇ ਨੇ ਨਹੀਂ ਨਹੀਂ ਅਸੀਂ ਕਦੀ ਉਹ ਕਹਿੰਦੇ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਨੇ ਵੀ ਚਲੇ ਜਾਣਾ ਸੋ ਇਹ ਚੀਜ਼ ਜਿਹੜੀ ਸਿਆਸੀ ਵਿਰੋਧਤਾ ਛੋਟੀ ਮੋਟੀ ਕੋਈ ਕਦੀ ਆਈ ਹੈਵ ਨੈਵਰ ਬਲੀਵਡ ਇਨ ਥਿਸ ਪਰ ਆਈ ਹਾਲਵੇਜ਼ ਬਲੀਵਡ ਇਨ ਮਾਈ ਸੈਲਫ ਹਾਂ ਮੈਂ ਆਪਣੇ ਆਪ ਦੇ ਵਿੱਚ ਤੇ ਗੁਰੂਬਾਰ ਅਸਾਦੀ અપਾਰ ਕਿਰਪਾ 'ਚ ਵਿਸ਼ਵਾਸ ਕਰਨ ਵਾਲਾ ਮੈਂ ਠੱਬੀਆਂ ਮਾਨ 'ਚ ਵਿਸ਼ਵਾਸ ਕਰਨ ਵਾਲਾ ਨਹੀਂ ਵੇਖੋ ਚੀਜ਼ ਤੇ ਤੁਸੀਂ 1 ਮਿੰਟ ਤੁਸੀਂ ਕੋਈ ਗੋਨਾ ਕੀਤਾ ਤੁਸੀਂ ਕਿਸੇ ਬੰਦੇ ਨੂੰ ਗੋਲੀ ਮਾਰ ਰਹੇ ਹੋ ਤਾਂ ਆਬਵੀਅਸਲੀ ਤੁਹਾਡੀ ਫੈਮਿਲੀ ਤੇ ਉਹਦੀ ਰਿਸਪਾਂਸਿਬਿਲਟੀ ਨਹੀਂ ਨਾ ਯੂ ਊਡ ਬੀ ਹੈਲਡ ਰਿਸਪਾਂਸਿਬਲ ਪਰ ਕਦੋਂ ਰਿਸਪਾਂਸਿਬਲ ਹੋਵਗੇ ਜਦੋਂ ਕੋਰਟ ਪ੍ਰੂਵ ਕਰ ਦੇਗਾ ਜੀ ਗੱਲਾਂ ਇਹ ਸਾਰੀਆਂ ਕਰ ਰਹੇ ਨੇ ਲੈਟ them ਪ੍ਰੂਵ ਇਟ ਬਿਫੋਰ ਪ੍ਰੂਵਿੰਗ ਹਾਊ ਕੈਨ ਵੀ ਸੇ ਸਮਬਡੀ ਇਜ਼ ਗਿਲਟੀ ਜੇ ਇਹੀ ਗੱਲ ਹੈ ਫਿਰ ਇਹਨਾਂ ਤੇ 11 ਐਮਐਲਏ ਜਿਹੜੇ ਉਹਨਾਂ ਤੇ ਕੇਸ ਦਰਜ ਕਰਨ ਜਿਨ੍ਹਾਂ ਨੇ ਟਰੱਕ ਯੂਨਿਟਸ ਤੇ ਕਬਜ਼ੇ ਕਰਾਏ ਨੇ ਉਹ ਕਰਨ ਲੇਕਿਨ ਤੁਹਾਡੇ ਤਾਂ 44 44 ਐਮਐਲਏ ਕੈਪਟਨ ਸਾਹਿਬ ਕਹਿ ਚੁੱਕੇ ਆ ਮੇਰੇ ਵੀ ਇੱਕ ਇੰਟਰਵਿਊ ਚ ਕਹਿ ਚੁੱਕੇ ਆ ਕਿ 44 ਬੰਦਿਆਂ ਦਾ ਨਾਮ ਸੀ ਮੈਨੂੰ ਸੋਨੀਆ ਗਾਂਧੀ ਨੇ ਰੋਕਿਆ ਨਹੀਂ 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 ਫਿਰ ਕੈਪਟਨ ਨਵਰਿੰਦਰ ਸਿੰਘ ਜਿਹੜਾ ਮੈਂ ਸਮਝਦਾ ਪਰਚਾ ਹੀ ਉਹਦੇ ਤੇ ਦਰਜ ਹੋਣਾ ਚਾਹੀਦਾ ਫਿਰ ਕੈਪਟਨ ਤੁਸੀਂ ਨਾ 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 ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਕਬੂਲ ਕਰਦੇ ਕਰਦੇ ਉਹ ਜਨਰਲੀ ਕਰਦੇ ਨਹੀਂ 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 ਥੈਨ ਐਕਸ਼ਨ ਸ਼ੁੱਡ ਬੀ ਟੇਕਨ ਅਗੇਂਸਟ ਹਿਮ ਉਹ ਕਹਿੰਦੇ ਸੋਨੀਆ ਗਾਂਧੀ ਨੇ ਰੋਕਿਆ ਫਿਰ ਉਹਨਾਂ ਤੇ ਵੀ ਹੋਣਾ ਚਾਹੀਦਾ ਨਹੀਂ ਨਹੀਂ ਹੁਣ ਜਦੋਂ ਪਾਰਟੀ ਛੱਡਤੀ ਹੁਣ ਤੇ ਜਿਹਨੂੰ ਮਰਜ਼ੀ ਅਕਿਊਜ਼ ਕਰਨ ਹੁਣ ਤੇ ਜਿਨ੍ਹਾਂ ਨਾਲ ਤੁਰ ਗਏ ਨੇ ਹੁਣ ਉਹਨਾਂ ਦੇ ਗੀਤ ਕਰ ਰਹੇ ਨੇ ਜਿੰਨਾ ਚਿਰ ਇੱਥੇ ਸਣ ਉਹਨਾਂ ਚ ਸੁਣਿਆ ਜਿਹਦੇ ਗੀਤ ਗਾਉਂਦੇ ਸੀ ਇਹ ਕੁਝ ਬੜਾ ਹੀ ਈਜ਼ੀ ਮੈਂ ਜਿਹੜੇ ਪਾਰਟੀ ਛੱਡ ਕੇ ਜਾ ਰਹੇ ਨੇ ਇਹੀ ਤੇ ਗੱਲ ਹੈ ਪਰ ਸਰ ਇਹ ਤਾਂ ਬੜੀ ਵਧੀਆ ਗੱਲ ਹੋ ਗਈ ਨਾ ਕਿ ਆਪ ਰਾਜ ਕਰੋ ਟਕਾ ਕੇ ਕਰਪਸ਼ਨ ਕਰੋ ਕਰਾਓ ਔਰ ਉਸ ਤੋਂ ਬਾਅਦ ਗਾੜਾ ਕੱਢ ਕੇ ਕਹਿ ਦਿਓ ਕਿ ਮੈਂ ਤਾਂ ਬਹੁਤ ਕੁਝ ਕਰਨਾ ਚਾਹੁੰਦਾ ਸੀ ਲੇਕਿਨ ਸਾਰੀ ਕਰਪਸ਼ਨ ਕਰਕੇ ਚਲੇ ਗਿਆ ਲੋ ਮੈਂ ਹੁਣ ਇਹਦੇ ਵਿੱਚ ਕੀ ਵੇਖੋ ਜਿਹੜੀ ਚੀਜ਼ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਉਹ ਤੁਹਾਨੂੰ ਟਾਈਮ ਨਹੀਂ ਦਿੰਦਾ ਇੰਟਰਵਿਊ ਦਾ ਇਹ ਸਵਾਲ ਤੁਸੀਂ ਹੁਣ ਮੈਨੂੰ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਚਾਹੀਦੇ ਕੈਪਟਨ ਨੂੰ ਨਹੀਂ ਮੈਨੂੰ ਤਾਂ ਕਿਹਾ ਉਹਨਾਂ ਨੇ ਇੰਟਰਵਿਊ 'ਚ ਇਹ ਗੱਲ ਤੁਹਾਨੂੰ ਕਿਹਾ ਮੈਂ ਤਾਂ ਕਿਤੇ ਸੁਣਿਆ ਨਹੀਂ ਤੇ ਜੇ ਸੁਣਿਆ ਕਰੰਤਾ ਉਹਨਾਂ ਨੇ ਕਿਹਾ ਰੁਕੋ ਐਸੇ ਤੋਂ ਸਾਰੀ ਸਰਕਾਰ ਹੀ ਗਿਰ ਜਾਏਗੀ ਇਹਨਾਂ ਦਾ ਇਹ ਬਿਆਨ ਜਿਹੜਾ ਹੈ ਈਡੀ ਨੂੰ ਇਹ ਸਾਹਮਣੇ ਰੱਖਣਾ ਚਾਹੀਦਾ ਜੀ ਅਮਰਿੰਦਰ ਸਿੰਘ ਜੀ ਨੇ ਗੱਲ ਕਹੀ ਹੈ ਹੂ ਇਜ਼ ਰਿਸਪੋਨਸਿਬਲ ਦੈਨ ਦੀ ਫਾਊਂਟੇਨ ਹੈਡ ਵਾਸ ਕੈਪਟਨ ਨਮਰਿੰਦਰ ਸਿੰਘ ਇਫ ਹੀ ਸੇਜ਼ ਥੈਟ ਇਫ ਹੀ ਅਗਰੀਜ਼ ਔਨ ਕੈਮਰਾ ਇਫ ਹੀ ਸੇਜ਼ ਇਟ ਔਨ ਕੈਮਰਾ ਥੈਟ ਮੀਨਸ ਹੀ ਇਜ਼ ਦੀ ਬੈਨ ਰਿਸਪੋਨਸਿਬਲ ਬਾਕੀ ਤੇ ਬਾਅਦ ਦੀ ਰਿਸਪੋਨਸਿਬਿਲਟੀ ਫਰਸਟਲੀ ਇਜ਼ ਦੀ ਬੈਨ ਦੈਨ ਦੈਟ ਐਕਸ਼ਨ ਲੀਗਲ ਐਕਸ਼ਨ ਸ਼ੁੱਡ ਫਾਲੋ ਅਗੇਂਸਟ ਕੈਪਟਨ ਨਮਰਿੰਦਰ ਸਿੰਘ ਫਰਸਟ ਸਿੱਧੂ ਸਾਹਿਬ ਨੂੰ ਕੀ ਹਾਲ ਚੱਲੇ ਉਹਨਾਂ ਦਾ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਵਿੱਚ ਵੇਖੋ ਇੱਕ ਮੋਟੀ ਗੱਲ ਸਮਝੋ ਮੈਂ ਭਾਵੇਂ ਸਿੱਧੂ ਸਾਹਬ ਦੀ ਸਿਆਸਤ ਦੇ ਨਾਲ ਮੁਤਫਕ ਹੋਵਾਂ ਪਾਵੇਂ ਨਾ ਹੂੰ ਬਟ ਮੇਰੇ ਕੋਲ ਹੀ ਸਾਡੇ ਛੋਟੇ ਭਰਾਵਾਂ ਵਰਗੇ ਔਖੀ ਘੜੀ ਦੇ ਵਿੱਚ ਅੱਜ ਉਹ ਜੇਲ੍ਹ ਦੀ ਸੈਂਟੈਂਸ ਕੱਟ ਰਹੇ ਨੇ ਸਾਡਾ ਫਰਜ਼ ਬੰਦ ਹੈ ਇੱਥੋਂ ਹੀ ਬੰਦੇ ਦਾ ਕਰਤਾਰ ਨਜ਼ਰ ਆਉਂਦਾ ਔਖੀ ਘੜੀ ਦੇ ਵਿੱਚ ਵਿਰਧੀਆਂ ਨੂੰ ਵੀ ਮਿਲੀਦਾ ਜੀ ਇਹ ਤੇ ਆਪਣੇ ਨੇ ਜਰਦੀ ਕਲਾ ਵੈਸਾ ਨਹੀਂ ਵੈਸੋ ਠੀਕ ਹੈ ਇਥੇ ਇਹਨਾਂ ਨੇ ਕਾਫੀ ਸਾਰੇ ਟੈਸਟ ਕਰਵਾਏ ਸੀ ਹੀ ਵਾਜ਼ਨਟ ਕੀਪਿੰਗ ਵੈਰੀ ਵੈਲ ਤੋ ਉਹ ਟੈਸਟ ਦੀ ਅਜੇ ਰਿਪੋਰਟਸ ਨਹੀਂ ਆਈ ਪਰ ਹੀ ਵਾਜ਼ ਇਨ ਹਾਈ ਸਪਿਰਿਟਸ ਅੱਧਾ ਪੌਣਾ ਘੰਟਾ ਜਿਹੜਾ ਵੀ ਸਾਨੂੰ ਟਾਈਮ ਦਿੱਤਾ ਸੀ ਜੇਲ ਸੁਪਰਡੈਂਟ ਨੇ ਮਿਲੇ ਜਰਦੀ ਕਲਾ ਫੈਸਲ ਸੋ ਇਹ ਹੈ ਕਿ ਇਹ ਨੂੰ ਕਿਸੇ ਹੋਰ ਟੰਗ ਚ ਨਹੀਂ ਵਿਕਣਾ ਮੇਰੀ ਇੱਕ ਬੁਨਿਆਦੀ ਜ਼ੁਬੇ ਵਾਰੀ ਵੀ ਮੇਰੀ ਬੁਨਿਆਦੀ ਜ਼ਿੰਮੇਵਾਰੀ ਇਸ ਪਾਰਟੀ ਕੋਲ ਹੀ ਕਾਂਗਰਸ ਰਹਿਣਗੇ ਆ ਤੇ ਇਹ ਤੇ ਵੀ ਕੋਈ ਪੈ ਹੈ ਤੋ ਇਹ ਸਵਾਲ ਦਾ ਤੇ ਜਵਾਬ ਇਹਨਾਂ ਦੇ ਸਾਦੇ ਤੇ ਪਹਿਲੇ ਸਾਲ ਬਾਅਦ ਬਾਹਰ ਆਣਗੇ ਫਿਰ ਆਪਣਾ ਵਿਚਾਰ ਬਣਾਣਗੇ ਮੇਰਾ ਖਿਆਲ ਤੇ ਰਹਿਣੇ ਚਾਹੀਦੇ ਨੇ ਵੈਰਲ ਸ਼ੁੱਡ ਵਾਈ ਸ਼ੁੱਡ ਹੀ ਗੋ ਇਨਟੂ ਐਨੀ ਅਦਰ ਪਾਰਟੀ ਹੀ ਕੈਨ ਨਾਟ ਗੋ ਇਨਟੂ ਦੀ ਆਪ ਹੀ ਕੈਨ ਨਾਟ ਗੋ ਇਨਟੂ ਦੀ ਕਾਲੀਜ ਹੀ ਹੈਜ਼ ਲੈਫਟ ਦੀ ਬੀਜੇਪੀ ਐਂਡ ਕਮ ਆਈ ਡੋਨਟ ਥਿੰਕ ਸੋ ਥੇਰ ਇਜ਼ ਐਨੀ ਅਦਰ ਆਲਟਰਨੇਟਿਵ ਫॉर ਹਿਮ ਐਂਡ ਆਮ ਸ਼ੋਰ ਹੀ ਵਿਲ ਰਿਮੇਨ ਇਨ ਦੀ ਪਾਰਟੀ ਮੈਨੂੰ ਤੇ ਇਹ ਨਜ਼ਰ ਆਇਆ ਉਹਨਾਂ ਦੀ ਗੱਲਬਾਤ ਤੋਂ ਕਿ ਕੋਈ ਉਹ ਚੜਦੀ ਕਲਾ ਵਿੱਚ ਹਨ ਖੁਸ਼ ਹਨ ਸਰੀਆਂ ਕਪਸ਼ਾ ਪੋਈ ਮੈਂ ਸੱਚ ਬੋਲਣਾ ਤੇ ਸੱਚ ਤੇ ਪਹਿਰਾ ਦੇਈਦਾ ਇਹ ਗੱਲ ਵੱਖਰੀ ਏ ਕਿ ਸਾਨੂੰ ਹਮੇਸ਼ਾ ਜਿਹੜਾ ਵੀ ਰਾਜਾ ਜਾਂ ਮਹਾਰਾਜਾ ਹੁੰਦਾ ਚੀਸਟਰੀ ਦੀ ਗੱਦੀ ਤੇ ਉਹਦੇ ਨਾਲ ਹੀ ਸਤਕਵਾਜ ਕਰਨੀ ਪੈਂਦੀ ਜਿਹੜੇ ਪੰਜ ਸਾਲ ਰਹਿੰਦਾ ਜੇ ਲੋਕਾਂ ਦੀ ਲੜਾਈ ਲੜਨੀ ਪੈਂਦੀ ਸਚਾਈ ਤੇ ਪਹਿਰਾ ਦੇਈਦਾ ਸਾਡੇ ਯਾਰ ਵੀ ਵਿਰੋਧੀਆਂ ਵਿੱਚ ਫਿਰ ਬਦਲ ਜਾਂਦੇ ਜਿਵੇਂ ਭਗਵੰਤ ਸਿੰਘ ਮਾਨ ਬਾਰੇ ਅਸੀਂ ਬਹੁਤ ਹੀ ਚੰਗੀ رائے ਰੱਖਦੇ ਸੀ ਪਹਿਲੇ ਦਿਨ ਬੋਲਦੇ ਮੈਂ ਕਿਹਾ ਕਿ ਰਵਾਇਤੀ ਪਾਰਟੀਆਂ ਤੁਸੀਂ ਰਵਾਇਤੀ ਪਾਰਟੀ ਨਹੀਂ ਉਹ ਤੁਹਾਡੇ ਕੋ ਕੋਈ ਬੈਗ ਲੋਗ ਹੈ ਨਹੀਂ ਕੋ ਚੰਗੇ ਪ੍ਰੈਸੀਡੈਂਟ ਸੈੱਟ ਕਰਕੇ ਦਿਓ ਲੰਬੀ ਡਿਸਕਸ਼ਨ ਕਰੋ ਇੱਕ ਪਾਰਟੀ ਦੇ ਤੁਸੀਂ ਚੀਫ ਮਿਨਿਸਟਰ ਬਣ ਗਏ ਸਾਰਿਆਂ ਨੂੰ ਨਾਲ ਲੈ ਕੇ ਕੋਸ਼ਿਸ਼ ਕਰਦੇ ਅੱਜ ਬਸਾਂ ਚਲਾਤਾ ਦਿੱਤੀਆਂ ਉਹਨਾਂ ਨੇ ਬੋਲਵੋ ਬਸਾਂ ਚਲਾਤੀਆਂ ਤੁਹਾਡੀ ਸਰਕਾਰ ਚਲਾ ਨਹੀਂ ਪਾਈ ਸੀ ਪਹਿਲੇ ਰੋਕੀਆਂ ਕਿਨੇ ਸੀ ਅਰਵਿੰਦ ਕੇਜਰੀਵਾਲ ਨੇ ਨਹੀਂ ਰੋਕੀਆਂ ਕਿਨੇ ਅਰਵਿੰਦ ਕੇਜਰੀਵਾਲ ਨੇ ਚਲਾ ਦਿੱਤੀ ਅਰਵਿੰਦ ਕੇਜਰੀਵਾਲ ਨੇ ਆਸਾਨ ਕਰ ਦਿੱਤੇ ਪੰਜਾਬੀਆਂ ਲਈ ਤਾਂ ਵਧੀਆ ਹੋ ਗਿਆ ਨਾ ਸਿੱਧੇ ਹੁਣ 에ਰਪੋਰਟ ਜਾ ਸਕਦੇ ਆ ਇਹਨਾਂ ਦਾ ਕੀ ਪਤਾ ਲੱਗਦਾ ਜੀ ਸੰਗਰੂਰ ਦੀ ਬਾਇਲੈਕਸ਼ਨ ਤੋਂ ਬਾਅਦ ਫੇਰ ਰੋਕ ਦੇਣਗੇ ਅਰਵਿੰਦ ਕੇਜਰੀਵਾਲ ਤੇ ਡੂ ਯੂ ਹੈਵ ਫੁੱਲ ਫੇਥ ਤੁਹਾਡੇ ਪ੍ਰਧਾਨ ਵੀ ਟ੍ਰਾਂਸਪੋਰਟ ਮਿਨਿਸਟਰ ਰਹੇ ਸੀ ਉਦੋਂ ਚਲਾ ਦਿੰਦੇ ਨਹੀਂ ਉਹ ਕਹੇ ਨੇ ਉਂਨਾ ਅਰਵਿੰਦ ਕੇਜਰੀਵਾਲ ਦੇ ਦਫਤਰ ਜਾ ਕੇ ਧਰਨਾ ਦਿੱਤਾ ਉਹਨੂੰ ਮਿਲੇ ਨੇ ਉਦੋਂ ਨਹੀਂ ਅਗਿਆ ਦਿੱਤੇ ਇਟ ਇਸ ਸੀ ਰਿਸਪੌਂਸਿਬਿਲਟੀ ਰੋਕਣ ਦੀ ਲਗਾਤਾਰ 5 ਸਾਲ ਲਾਈ ਡਾਇਰੈਕਟਲੀ ਓਨ ਦ ਸ਼ੋਲਡਰਸ ਆਫ ਅਰਵਿੰਦ ਕੇਜਰੀਵਾਲ ਨੰਬਰ ਬਣਾਉਣ ਵਾਸਤੇ ਅੱਜ ਲਾਉ ਕਰਦੇ ਤਾਂ ਉਹ ਵੀ 3 ਮਹੀਨੇ ਬਾਅਦ ਕੀਤਾ ਕਦੋਂ ਫੇਰ ਬੰਦ ਕਰਦੇ ਨੇ ਇਹਦੇ ਵੀ ਕੋਈ ਨਹੀਂ ਪਤਾ ਬਹੁਤ ਬਹੁਤ ਸ਼ੁਕਰੀਆ ਬਾਜਬਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਬਾਜਬਾ ਸਾਹਿਬ ਦੇ ਇਸ ਪੂਰੇ ਇੰਟਰਵਿਊ ਤੇ ਤੁਸੀਂ ਫੀਡਬੈਕ ਮੈਨੂੰ ਮੇਰੇ ਟਵਿੱਟਰ ਹੈਂਡਲ ਤੇ ਦੇਣਾ ਨਾ ਭੁੱਜਣਾ ਬਹੁਤ ਬਹੁਤ ਸ਼ੁਕਰੀਆ ਮੁਗਦੀ ਗੱਲ ਤੇ ਬਾਜਬਾ ਸਾਹਿਬ ਨਾਲ ਐਨ ਆ